ਨਾ ਉਹ ਪਿੰਡ ਦੀਆਂ ਗਲੀਆਂ ਅਤੇ ਨਾ ਉਹ ਪਿੰਡ ਦੇ ਹਾਣੀ, ਨਾ ਪਹਿਲਾਂ ਵਰਗੇ ਕਾਮੇ ਰਹਿ ਗਏ, ਨਾ ਉਹ ਸੱਥ ਪੁਰਾਣੀ, ਨਾ ਕੁੜੀਆਂ ਦੀ ਢਾਣੀ। ਖੂਹ ਦਾ ਟਿੰਡ ਗਵਾਚ ਗਿਆ ਹੈ, ਸ਼ਹਿਰ 'ਚ ਵੱਸਦੇ ਲੋਕੋ ਮੇਰਾ ਪਿੰਡ ਗਵਾਚ ਗਿਆ ਹੈ, ਸ਼ਹਿਰ 'ਚ ਵੱਸਦੇ ਲੋਕੋ ਮੇਰਾ ਪਿੰਡ ਗਵਾਚ ਗਿਆ ਹੈ। ਰੁੱਖੀ ਮਿੱਸੀ ਖਾਂਦੇ ਸੀ ਅਤੇ ਠੰਡਾ ਪਾਣੀ ਪੀਂਦੇ ਸੀ, ਵਿੱਚ ਵਿਦੇਸ਼ਾਂ ਆ ਕੇ ਵੱਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸੀ। ਹੱਸਦੀ ਵੱਸਦੀ ਨਗਰੀ ਵਿੱਚੋਂ ਝੰਡ ਗਵਾਚ ਗਿਆ ਹੈ, ਸ਼ਹਿਰ 'ਚ ਵੱਸਦੇ ਲੋਕੋ ਮੇਰਾ ਪਿੰਡ ਗਵਾਚ ਗਿਆ ਹੈ, ਸ਼ਹਿਰ 'ਚ ਵੱਸਦੇ ਲੋਕੋ ਮੇਰਾ ਪਿੰਡ ਗਵਾਚ ਗਿਆ ਹੈ। ਕਿਸੇ ਸ਼ਾਇਰ ਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲੋਸ਼ ਜਿਹੜਾ ਲਾਈਵ ਸ਼ੋਅ ਤੁਹਾਡੇ ਰੂਬਰੂ ਕਰਨਾ। ਗੱਲ ਕਰੀਏ ਸ਼ੁੱਕਰਵਾਰ ਦੀ, ਸ਼ੁੱਕਰਵਾਰ ਦਾ ਦਿਨ ਵੀ ਖਾਸ ਹੁੰਦਾ ਮੇਰੇ ਹਿਸਾਬ ਨਾਲ, ਥੋੜ੍ਹਾ ਜਿਹਾ ਹੋਰ ਜ਼ਿਆਦਾ ਖਾਸ ਹੁੰਦਾ। ਵੈਸੇ ਤਾਂ ਰੋਜ਼ ਹੀ ਆਪਾਂ ਗੱਲ ਕਰੀਏ, ਤਾਂ ਪੰਜਾਬੀ ਦੀ ਗੱਲ ਕਰੀ ਦੀ ਹੈ, ਪੰਜਾਬੀਆਂ ਦੀ ਗੱਲ ਕਰੀ ਦੀ ਹੈ, ਪੰਜਾਬੀ ਦੇ ਵਿੱਚ ਗੱਲ ਕਰੀ ਦੀ ਹੈ, ਪੰਜਾਬ ਦੀ ਗੱਲ ਕਰੀ ਦੀ ਹੈ, ਪੰਜਾਬ ਦੇ ਪਿੰਡਾਂ ਦੀ ਗੱਲ ਕਰੀ ਦੀ ਹੈ, ਪੰਜਾਬੀਆਂ ਦੀ ਆਪਣੀ ਇੱਧਰਲੀ ਗੱਲ ਕਰੀ ਦੀ ਹੈ। ਤਾਂ ਗੱਲਾਂ ਤਾਂ ਮੁੱਕਦੀ ਗੱਲ ਉਹੀ ਹੈਗੀਆਂ ਨੇ, ਊੜੇ ਆੜੇ ਦੇ 35 ਅੱਖਰਾਂ ਦੇ ਵਿੱਚੋਂ ਆਪਾਂ ਗੱਲਾਂ ਕਰਨੀਆਂ ਹੁੰਦੀਆਂ ਅਤੇ ਜਿਹੜੀਆਂ ਅੱਜ ਵੀ ਕਰਾਂਗੇ। ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਰਾਜਨੀਤੀ ਪੂਰੀ ਗਰਮਾਈ ਹੋਈ ਹੈ। ਕੋਈ ਕਹਿੰਦੇ ਜੀ ਬਾਦਲ ਸਾਹਿਬ ਹੋਣਾ ਦਾ ਕੰਮ ਜ਼ਿਆਦਾ ਖਰਾਬ ਹੋ ਗਿਆ, ਕੋਈ ਕਹਿੰਦੇ ਜੀ ਬਾਦਲ ਸਾਹਿਬ ਹੋਣਾ ਦੀ ਹੁਣ ਉਤਰਾਈ ਸ਼ੁਰੂ ਹੋ ਗਈ ਹੈ। ਉਹ ਮੈਂ ਕਿਹਾ ਜੀ ਕੋਈ ਨਹੀਂ, ਹੁਣ ਟਾਈਮ ਹੁੰਦਾ ਉਤਰਾਈ ਦਾ ਵੀ, ਹੁਣ ਚੜ੍ਹਾਈ ਵੀ ਤਾਂ ਬਥੇਰੀ ਰਹੀ ਹੈ, ਇੰਨੀ ਚੜ੍ਹਾਈ ਰਹੀ, ਇੰਨੇ ਸਾਲ ਮੇਰੇ ਖਿਆਲ 5 ਵਾਰੀ ਕਿ 7 ਵਾਰੀ ਉਹ ਮੁੱਖ ਮੰਤਰੀ ਬਣੇ ਨੇ, 5 ਵਾਰੀ ਮੁੱਖ ਮੰਤਰੀ ਬਣੇ ਨੇ, ਫਿਰ ਇੰਨੀ ਚੜ੍ਹਾਈ ਤੋਂ ਬਾਅਦ ਥੋੜ੍ਹੀ ਬਹੁਤ ਢਲਾਣ ਤਾਂ ਬਣਦੀ ਵੀ ਆ, ਐਸੀ ਗੱਲ ਨਹੀਂ ਹੈਗੀ। ਅਤੇ ਬਾਕੀ ਕਹਿੰਦੇ ਵੀ ਔਲਾਦ ਲਾਇਕ ਹੋਵੇ, ਨੇਕ ਹੋਵੇ ਤਾਂ ਚੜ੍ਹਾਈ ਚੜੁਈ ਸਭ ਠੀਕ ਹੋ ਜਾਂਦੀਆਂ ਆਪੇ, ਕੋਈ ਐਸੀ ਗੱਲ ਨਹੀਂ ਹੈਗੀ। ਚਲੋ ਆਪਾਂ ਉਹਨਾਂ ਗੱਲਾਂ 'ਚ ਕਾਹਨੂੰ ਪਹਿਲਾਂ ਆਪਾਂ ਆਪਣੇ ਪ੍ਰੋਗਰਾਮ ਦੇ ਪਾਸੇ ਚੱਲਦੇ ਹਾਂ, ਪ੍ਰੋਗਰਾਮ ਦੀ ਗੱਲ ਕਰੀਏ। ਅਤੇ ਨਾਲ ਦੀ ਨਾਲ ਅੱਜ ਫੇਸਬੁੱਕ ਡਾਕਟਰ ਸਾਹਿਬ ਕੁਛ ਲੈ ਕੇ ਆਉਂਦੇ ਨੇ, ਵੀਡੀਓ ਫੋਟੋਆਂ ਤੁਸੀਂ ਸਾਨੂੰ ਭੇਜਦੇ ਹੋ, ਕੁਛ ਲੋਕ ਨਾਮ ਵੀ ਆਪਣਾ ਭੇਜਦੇ ਨੇ, ਪਰ ਮੈਂ ਬਾਅਦ 'ਚ ਭੁੱਲ ਜਾਣਾ ਵੀ ਆ ਵੀਡੀਓ ਜਿਹੜੀ ਮੈਂ ਡਾਊਨਲੋਡ ਕੀਤੀ ਆ ਜਾਂ ਫੋਟੋ ਡਾਊਨਲੋਡ ਕੀਤੀ ਆ ਅਤੇ ਕਿਹੜੇ ਕਿਹਨਾਂ ਨੇ ਭੇਜੀ ਸੀਗੀ। ਸੋ ਨਾਲ ਦੀ ਨਾਲ ਟੈਕਸਟ ਕਰਦਾ ਕਰੋ ਆਪਣਾ ਨਾਮ, ਕਈ ਲੋਕ ਨਾਮ ਵੀ ਨਹੀਂ ਲਿਖਦੇ ਆਪਣਾ, ਪਰ ਵੀਡੀਓ ਅਤੇ ਫੋਟੋ ਤੁਸੀਂ ਭੇਜਦੇ ਹੋ ਅਤੇ ਨਾਲ ਨਾਲ ਸੈਗਮੈਂਟ ਪਸੰਦ ਵੀ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਫੇਸਬੁੱਕ ਡਾਕੀਏ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜੀ ਪਿੰਡਾਂ ਦੇ ਵਿੱਚ, ਪਿੰਡਾਂ ਦੀ ਗੱਲ ਕੀਤੀ ਹੈ ਅਤੇ ਪਿੰਡਾਂ ਦੀ ਗੱਲ ਅੱਜ ਕਰਨੀ ਆ। ਪਿੰਡਾਂ ਦਾ ਹੀ ਇੱਕ ਐਸਾ ਨਜ਼ਾਰਾ ਸ਼ੁਰੂ ਤੋਂ ਦਿਖਾਈਏ ਅਤੇ ਮੇਰੇ ਖਿਆਲ ਆ ਵੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਹੋ ਜਾਣਗੀਆਂ ਸਾਡੇ ਦਰਸ਼ਕਾਂ ਦੀਆਂ। ਜਹਾਜ਼ ਬਹੁਤ ਦੇਖੇ ਹੋਣਗੇ, ਸਮੁੰਦਰੀ ਜਹਾਜ਼ ਬਹੁਤ ਦੇਖੇ ਹੋਣਗੇ ਤੁਸੀਂ, ਵੱਡੇ ਵੱਡੇ ਸਮੁੰਦਰੀ ਜਹਾਜ਼, ਸਮੁੰਦਰ ਦੇ ਵਿੱਚ ਕਿਸ਼ਤੀਆਂ ਬਹੁਤ ਵੱਡੀਆਂ ਵੱਡੀਆਂ ਦੇਖੀਆਂ ਹੋਣਗੀਆਂ। ਪਰ ਜਿਹੜੀ ਨਿੱਕੇ ਹੁੰਦਿਆਂ ਤੋਂ ਉਹ ਸਮੇਂ ਪਿੰਡ ਦੇ ਵਿੱਚ, ਪਿੰਡ ਦੇ ਸਮੁੰਦਰ ਦੇ ਵਿੱਚ ਯਾਨੀ ਕਿ ਸ਼ਿਪ ਹੁੰਦਾ ਸੀ ਜਿਹੜਾ ਜਹਾਜ਼, ਸਮੁੰਦਰੀ ਜਹਾਜ਼ ਅਸਲ ਦੇ ਵਿੱਚੋਂ ਕਿਹੜਾ ਜਹਾਜ਼ ਸੀ, ਜੋ ਨਜ਼ਾਰੇ ਉਸ ਜਹਾਜ਼ ਨੇ ਦਿੱਤੇ ਆ, ਮੇਰਾ ਖਿਆਲ ਆ ਵੀ ਇਹ ਵੱਡੇ ਵੱਡੇ ਜਹਾਜ਼ ਨਹੀਂ ਦੇ ਸਕਦੇ। ਦੇਖੋ ਜੀ ਇੱਕ ਪਿੰਡ ਦੀ ਫੋਟੋ, ਛੱਪੜ ਦੇ ਵਿੱਚ ਕਿਵੇਂ ਮੱਝਾਂ ਲੈ ਕੇ ਜਾਂਦੇ ਹੁੰਦੇ ਸੀਗੇ ਅਤੇ ਸਣੇ ਉੱਪਰ ਬੈਠ ਕੇ ਹੀ ਮੱਝਾਂ ਦੇ ਅਤੇ ਛੱਪੜਾਂ ਦੇ ਵਿੱਚ ਵੜ ਜਾਣਾ, ਛੱਪੜਾਂ ਦੇ ਵਿੱਚ ਫਿਰ ਵੜ ਕੇ, ਉਹ ਵੀ ਇੱਕ ਬੜੀ ਕਮਾਲ ਦੀ ਗੱਲ ਉਸ ਸਮੇਂ ਹੁੰਦੀ ਸੀਗੀ ਕਿ ਯੋਕਾਂ ਜੋਕ ਹੁੰਦੀ ਸੀ ਲਹੂ ਪੀਣੀ, ਜਿਹੜੀ ਕਿ ਜਾਨਵਰਾਂ ਦੇ ਆਪਣੇ ਡੰਗਰਾਂ ਦੇ ਚੁੰਬੜ ਦੀ ਹੁੰਦੀ ਸੀ, ਅਤੇ ਉਦੋਂ ਛੱਪੜ ਦੇ ਵਿੱਚ ਕਈ ਵਾਰੀ ਨਿਆਣਿਆਂ ਦੇ ਵੀ ਉਹ ਚੁੰਬੜ ਜਾਂਦੇ ਸੀ ਯੋਕ। ਫਿਰ ਘਰ ਦੇ ਜਾਂ ਪਿੰਡ ਦੇ ਵਿੱਚ ਕੋਈ ਐਸਾ ਵੈਦ ਹੁੰਦਾ ਸੀ ਜਿਹੜਾ ਫਿਰ ਉਹਨੂੰ ਲਾਉਂਦਾ ਹੁੰਦਾ ਸੀਗਾ ਖੂਨ ਪੀਣੀਆਂ ਯੋਕਾਂ। ਅੱਜ ਕੱਲ੍ਹ ਤਾਂ ਸੁਣਿਆ ਨਹੀਂ, ਅੱਜ ਕੱਲ੍ਹ ਤਾਂ ਕਹਿੰਦੇ ਜੀ ਉਹ ਯੋਕਾਂ ਦੀ ਬਦਲੀ ਹੋ ਗਈ, ਉਹ ਯੋਕਾਂ ਜਿਹੜੀਆਂ ਹੈਗੀਆਂ ਨੇ ਉਹ ਵੱਡਾ ਰੂਪ ਧਾਰਨ ਕਰ ਲਿਆ, ਉਹਨਾਂ ਮਤਲਬ ਲੀਡਰ ਬਣ ਗਈਆਂ ਯੋਕਾਂ ਅੱਜ ਕੱਲ੍ਹ, ਅਤੇ ਇਸ ਕਰਕੇ ਡੰਗਰਾਂ ਨੂੰ ਘੱਟ ਚੁੰਬੜਦੀਆਂ ਨੇ। ਅੱਛਾ ਮੱਝਾਂ ਦੇ ਇਸ ਸਵਿਮਿੰਗ ਪੂਲ ਦੀ ਗੱਲ ਕਰੀਏ ਤਾਂ ਇੱਕ ਪਿੰਡ ਗਏ ਤਾਂ ਇੱਥੋਂ ਬਾਹਰੋਂ ਗਿਆ ਜਵਾਕ, ਜਾ ਕੇ ਦੇਖਿਆ ਜਦੋਂ ਛੱਪੜ ਪਿੰਡ ਦੇ ਵਿੱਚ, ਅਤੇ ਆਪਦੇ ਡੈਡੀ ਨੂੰ ਕਹਿੰਦਾ ਡੈਡ ਇਹ ਮੱਝਾਂ ਦਾ ਸਵਿਮਿੰਗ ਪੂਲ ਹੈ, ਪਿੰਡ ਦੇ ਵਿੱਚ ਮੱਝਾਂ ਦਾ ਸਵਿਮਿੰਗ ਪੂਲ ਹੈ। ਉਹ ਕਹਿੰਦਾ ਪੁੱਤ ਹਾਂ ਹੁਣ ਤਾਂ ਮੱਝਾਂ ਦਾ ਹੀ ਆ, ਪਹਿਲਾਂ ਨਿੱਕੇ ਹੁੰਦੇ ਤੇਰੇ ਡੈਡੀ ਦਾ ਵੀ ਇਹੀ ਹੁੰਦਾ ਸੀਗਾ ਸਵਿਮਿੰਗ ਪੂਲ ਪਿੰਡ ਦੇ ਵਿੱਚ। ਚਲੋ ਸਵਿਮਿੰਗ ਪੂਲ ਤੋਂ ਬਾਅਦ ਬੀਚ 'ਤੇ ਚੱਲਦੇ ਹਾਂ, ਬੀਚ ਵੀ ਜ਼ਰੂਰੀ ਹੈ ਜੀ, ਬੀਚ ਅੱਜ ਕੱਲ੍ਹ ਹਰ ਬੰਦਾ ਜਾਂਦਾ, ਔਰ ਗੋਆ ਜਾਂਦੇ ਨੇ ਬਹੁਤ ਸਾਰੇ ਲੋਕ, ਬੰਬੇ ਜਾਂਦੇ ਨੇ ਬਹੁਤ ਸਾਰੇ ਲੋਕ, ਫਿਰ ਇੱਧਰ ਜਾਂਦੇ ਨੇ ਜਿਹੜੇ ਆਹ ਹਾਂਗਕਾਂਗ ਵਾਲੇ ਪਾਸੇ ਚੀਨ ਚੂਨ ਹੈ ਜੀ, ਉੱਧਰ ਬੈਂਕੋਕ ਉੱਧਰ ਜਾਂਦੇ ਨੇ ਬੀਚ ਦੇਖਣ ਵਾਸਤੇ, ਔਰ ਮੈਂ ਵੀ ਕਈ ਵਾਰੀ ਬੀਚ ਦੇਖਣ ਵਾਸਤੇ ਗਿਆ, ਤਾਂ ਬੀਚ ਦੇ ਵਿੱਚ ਉਹ ਪਾਣੀ ਹੁੰਦਾ ਤਾਂ ਸਾਈਡ 'ਤੇ ਰੇਤਾ ਹੁੰਦੀ ਹੈ ਬਾਹਰ, ਉਹ ਹੀ ਕਹਿੰਦੇ ਜੀ ਇਹ ਬੀਚ ਹੁੰਦਾ, ਅਤੇ ਬੀਚ ਜਿਹੜਾ ਫਿਰ ਉਦੋਂ ਬਾਅਦ। ਬਾਕੀ ਅਸਲ ਦੇ ਵਿੱਚ ਬੀਚ ਹੋਵੇ ਚਾਹੇ ਸਵਿਮਿੰਗ ਪੂਲ ਹੋਵੇ, ਗੱਲ ਤਾਂ ਤੁਹਾਡੇ ਮਨ ਦੀ ਹੈ, ਮਨ ਨੇ ਕੀ ਸਮਝਣਾ ਉਹਨੂੰ, ਦਿਮਾਗ ਨੇ ਕੀ ਸਮਝਣਾ।
ਸੋ ਪਿੰਡਾਂ ਦਾ ਇੱਕ ਬੀਚ ਜਿਹੜਾ ਹੈਗਾ ਸਾਡਾ ਪੰਜਾਬੀਆਂ ਦਾ ਬੀਚ, ਉਹ ਵੀ ਦੇਖ ਲਓ ਜੀ ਪੰਜਾਬੀਆਂ ਦਾ ਬੀਚ, ਅਤੇ ਕਿਵੇਂ ਫਿਰ ਨਿਆਣੇ ਨਹਾਉਂਦੇ ਨੇ ਬੀਚ ਦੇ ਵਿੱਚ, ਸਮੁੰਦਰ ਦੇ ਵਿੱਚ ਛਾਲਾਂ ਮਾਰ ਮਾਰ ਕੇ। ਇੱਕ ਹੋਰ ਪਿੰਡ ਦੀ ਯਾਦ ਤਾਜ਼ਾ ਕਰਾਉਣੀ ਹੈ ਅੱਜ, ਫੋਟੋਆਂ ਥੋੜ੍ਹੀਆਂ ਜਿਹੀਆਂ ਇੱਦਾਂ ਦੀਆਂ ਜਾਂ ਪਿੰਡ ਵਾਲੀਆਂ ਆਪਣੇ ਹੈਗੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇਸ ਫੋਟੋ ਦੇ ਵਿੱਚ ਵੀ ਇਹ ਲਿਖਾਇਆ ਹੋਇਆ ਕਿਸੇ ਨੇ ਬਕਾਇਦਾ, ਇਹ ਫੋਟੋ ਐਡਿਟ ਨਹੀਂ ਕੀਤੀ ਹੋਈ, ਇਹ ਕਿਸੇ ਨੇ ਚਲੇ ਦੇ ਉੱਪਰ ਲਿਖਾਇਆ ਹੋਇਆ ਪੰਜਾਬੀਆਂ ਦਾ ਬੀਚ। ਚਲੋ ਪਹਿਲਾਂ ਖੂਹ ਹੁੰਦੇ ਸੀ, ਖੂਹ ਦੀਆਂ ਟਿੰਡਾਂ ਦਾ ਪਾਣੀ ਹੁੰਦਾ ਸੀ ਬੜਾ ਠੰਡਾ, ਉੱਥੇ ਜਾ ਕੇ ਜਿਹੜਾ ਪਾਤਸ਼ਾਹ ਹੁੰਦਾ ਸੀ ਪਾਤਸ਼ਾਹ ਪਾਣੀ ਡਿੱਗਦਾ ਸੀਗਾ, ਪਾਤਸ਼ਾਹ ਉਹਨੂੰ ਕਹਿੰਦੇ ਸੀਗੇ, ਬਾਅਦ ਦੇ ਵਿੱਚ ਚੜਾ ਜਿਹਾ ਹੁੰਦਾ ਸੀ ਵੱਡਾ ਸਾਰਾ ਕੱਚਾ ਹੀ, ਉਹਦੇ 'ਚੋਂ ਪਾਣੀ ਗਾਹ ਜਾਂਦਾ ਸੀ, ਉੱਥੇ ਨਹਾਉਂਦੇ ਰਹੇ। ਫਿਰ ਉਦੋਂ ਬਾਅਦ ਬੀਚ ਇਹ ਆ ਗਿਆ ਪੰਜਾਬੀਆਂ ਦਾ। ਇਸ ਬੀਚ ਦਾ ਵੀ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਹੈਗੇ ਉਹਨਾਂ ਨੇ ਆਨੰਦ ਮਾਣਿਆ ਹੋਏਗਾ। ਅਗਲੀ ਫੋਟੋ ਸਾਨੂੰ ਸੋਚਣ ਵਾਸਤੇ ਮਜਬੂਰ ਕਰ ਸਕਦੀ ਹੈ, ਮੇਰੇ ਭਾਰਤ ਮਹਾਨ ਦੀ ਹੀ ਫੋਟੋ ਹੈਗੀ ਆ, ਔਰ ਬਹੁਤ ਪੁਰਾਣੀ ਫੋਟੋ ਨਹੀਂ ਹੈ। ਅੱਜ ਕੱਲ੍ਹ ਵੀ ਇਹ ਸਾਰਾ ਕੁਛ ਹੁੰਦਾ ਮੇਰੇ ਭਾਰਤ ਮਹਾਨ ਦੇ ਵਿੱਚ, ਜਿੱਥੇ ਬੱਚੇ ਸੜਕਾਂ 'ਤੇ ਸੁੱਤੇ ਨੇ, ਕਾਰਾਂ ਵਿੱਚ ਘੁੰਮਦੇ ਕੁੱਤੇ ਨੇ, ਅਤੇ ਉਹ ਸਾਡਾ ਦੇਸ਼ ਜਿਹੜਾ ਹੈਗਾ, ਮੈਂ ਉਸ ਦੇਸ਼ ਦਾ ਵਾਸੀ ਹਾਂ, ਅਤੇ ਉਸ ਦੇਸ਼ ਦੀ ਇਹ ਫੋਟੋ ਦੇਖੋ ਜੀ, ਮਜ਼ਦੂਰੀ ਕਰ ਰਹੀ ਔਰਤ, ਦੋ ਬੱਚੇ ਕੱਚੀਆਂ ਇੱਟਾਂ ਦੇ ਉੱਪਰ ਪਏ ਨੇ, ਔਰ ਨਾਲ ਸਲੋਗਨ ਬੜਾ ਵਧੀਆ ਜੇ ਸ਼ਾਇਦ ਦਿਖ ਰਿਹਾ ਹੋਊ ਤੁਹਾਨੂੰ, ਜਾਂ ਕੱਟ ਨਾ ਦਿੱਤਾ ਹੋਵੇ ਜ਼ਮੀਨ, ਪਿੱਪਲ ਦੇ ਆ ਪੱਤਿਆ ਜਿੰਦ ਹੌਕੇ ਭਰਦੀ ਆ, ਪਿੱਪਲ ਦੇ ਆ ਪੱਤਿਆ ਜਿੰਦ ਹੌਕੇ ਭਰਦੀ ਹੈ, ਮੰਦਰ ਗੁਰਦੁਆਰੇ ਸੋਨੇ ਦੇ ਅਤੇ ਦੁਨੀਆ ਭੁੱਖੀ ਮਰਦੀ ਹੈ, ਮੰਦਰ ਗੁਰਦੁਆਰੇ ਸੋਨੇ ਦੇ ਅਤੇ ਦੁਨੀਆ ਭੁੱਖੀ ਮਰਦੀ। ਸੋ ਵਾਕਿਆ ਹੀ ਹੈ, ਇਹਨਾਂ ਚੀਜ਼ਾਂ ਦੀ ਵੀ ਸੋਚਣ ਦੀ ਲੋੜ ਹੈਗੀ ਹੈ ਵੀ ਸਾਡੇ ਭਾਰਤੀ ਇੱਕ ਫੋਟੋ ਹੈਗੀ ਆ ਮਹਾਨ ਭਾਰਤ ਦੀ। ਅਗਰ ਗੱਲ ਕਰੀਏ ਤਾਂ ਇੱਧਰਲੇ ਮੁਲਕਾਂ 'ਚ ਜੇ ਆਹੀ ਔਰਤ ਇੱਧਰਲੇ ਮੁਲਕਾਂ 'ਚ ਕਿਤੇ ਕੰਮ ਕਰਦੀ ਹੋਵੇ ਤਾਂ ਤਕੜੇ ਅਫਸਰ ਨਾਲੋਂ ਜ਼ਿਆਦਾ ਇਹ ਕਮਾਈ ਕਰ ਸਕਦੀ ਹੈ। ਰੋੜੀ ਕੁੱਟਣ ਵਾਲੇ ਨੂੰ ਤਾਂ ਤਿੰਨ ਤਿੰਨ ਚਾਰ ਚਾਰ ਸੌ ਰੁਪਈਆ ਦਿੰਦੇ ਸੀਗੇ ਮਹੀਨੇ ਦਾ ਸਾਰਾ, ਇੱਧਰ ਉਹੀ ਕੰਮ ਕਰਨਾ ਹੋਵੇ ਤਾਂ ਇੱਧਰ ਉਹ ਸਭ ਤੋਂ ਵੱਧ ਪੈਸੇ ਕਮਾ ਸਕਦੇ ਨੇ। ਇਹ ਭਾਰਤ ਦਾ ਔਰ ਅਮਰੀਕਾ ਦਾ ਫਰਕ ਹੈਗਾ। ਫਟਾਫਟ ਚੱਲਦੇ ਜੀ ਅਗਲੀ ਖਬਰ, ਪਾਕਿਸਤਾਨ ਦੀ ਹੈਗੀ, ਸਾਨੂੰ ਕਿਸੇ ਦੋਸਤ ਮਿੱਤਰ ਨੇ ਭੇਜੀ ਆ ਕਿ ਪਾਕਿਸਤਾਨ ਦੇ ਵਿੱਚ ਕਹਿੰਦੇ ਜੀ ਜੀਪਾਂ ਜਿਹੜੀਆਂ ਹੈਗੀਆਂ ਪੁਲਿਸ ਦੀਆਂ, ਜਾਂ ਉਹ ਖੜ੍ਹ ਜਾਂਦੀਆਂ ਰਾਹ ਦੇ ਵਿੱਚ, ਪੈਂਚਰ ਹੋ ਜਾਂਦੀਆਂ, ਜਾਂ ਫਿਰ ਜੀਪਾਂ ਵਿਹਲੀਆਂ ਨਹੀਂ ਹੁੰਦੀਆਂ ਪੰਜਾਬ ਆਪਣੇ ਪੰਜਾਬ ਵਾਂਗੂ ਉੱਧਰਲੇ ਪੰਜਾਬ ਦੇ ਵਿੱਚ ਵੀ ਉਹ ਜੀਪਾਂ ਜਿਹੜੀਆਂ, ਫਿਰ ਮੇਮ ਸਾਹਿਬ ਜਿਹੜੀ ਹੈਗੀ ਆ ਸਾਹਿਬ ਦੀ, SHO ਸਾਹਿਬ ਦੀ ਘਰਵਾਲੀ ਆ, ਉਹਨੇ ਨਿਆਣੇ ਸਕੂਲ ਛੱਡਣ ਭੇਜੇ ਹੁੰਦੇ, ਜਾਂ ਫਿਰ ਸਬਜ਼ੀ ਲੈਣ ਭੇਜੇ ਹੁੰਦੇ ਵੀ, ਇਸ ਕਰਕੇ ਟਰਾਂਸਪੋਰਟ ਦੀ ਬਹੁਤ ਘਾਟ ਚੱਲ ਰਹੀ ਹੈ, ਅਤੇ ਫਿਰ ਗੌਰਮੈਂਟ ਨੇ ਨਵੀਂ ਟਰਾਂਸਪੋਰਟ ਇਹ ਮੁਹੱਈਆ ਕੀਤੀ ਹੈ। ਦੇਖੋ ਤੁਸੀਂ ਵੀ ਇਸ ਟਰਾਂਸਪੋਰਟ ਨੂੰ ਕਹਿੰਦੇ ਨੇ ਜੀ ਡੌਂਕੀ ਟਰਾਂਸਪੋਰਟ, ਖੋਤਾ ਟਰਾਂਸਪੋਰਟ। ਸੋ ਇਸ ਟਰਾਂਸਪੋਰਟ ਦਾ ਇਹ ਫਾਇਦਾ ਕਿ ਇਹਨੇ ਨਾ ਤਾਂ ਵਿਚਾਰੇ ਨੇ ਤੇਲ ਮੰਗਣਾ, ਨਾ ਇਹਨੇ ਪੈਂਚਰ ਹੋਣਾ, ਨਾ ਇਹ ਮੇਰੇ ਖਿਆਲ ਪੁਲਿਸ ਵਾਲਿਆਂ ਨੂੰ ਦੇਣ ਦੀ ਬਜਾਏ ਇਹ ਟਰਾਂਸਪੋਰਟ ਪੁਲਿਸ ਵਾਲਿਆਂ ਦੇ ਘਰ ਵਾਲਿਆਂ ਨੂੰ ਦੇ ਦਿੰਦੇ, ਘਰ ਵਾਲੀਆਂ ਜਿਹੜੀਆਂ ਸਬਜ਼ੀ ਲੈਣ ਜਾਂਦੀਆਂ ਉਹ ਆਰਾਮ ਨਾਲ ਲੱਦ ਕੇ ਅਤੇ ਲੈ ਆਉਂਦੀਆਂ। ਚਲੋ ਖੈਰ, ਇਹ ਸ਼ੁਗਲ ਮੇਲੇ ਦੀਆਂ ਫੋਟੋਆਂ ਸੀ, ਵੀਡੀਓ ਵਾਲੇ ਪਾਸੇ ਚੱਲਦੇ ਹਾਂ। ਨਿਆਣੇ ਕਹਿੰਦੇ ਵੀ ਬੱਚੇ ਬਹੁਤ ਤੇਜ਼ ਹੁੰਦੇ ਆ, ਤੇਜ਼ ਕਈ ਬੱਚੇ ਇੰਨੇ ਹੁੰਦੇ ਆ, ਆਪਾਂ ਅਕਸਰ ਪ੍ਰੇਅਰ ਕਰਦੇ ਹਾਂ ਪ੍ਰੇਅਰ। ਚਲੋ ਆਪਣੇ ਪਹਿਲਾਂ ਜਨ ਗਨ ਮਨ ਚੱਲਦੀ ਹੁੰਦੀ ਸੀਗੀ, ਹੁਣ ਬਹੁਤ ਸਾਰੇ ਸਕੂਲਾਂ ਦੇ ਵਿੱਚ ਦੇਹ ਸੇਵਾ ਬਰ ਮੋਹੇ ਇਹ ਹੈ, ਇਹ ਪ੍ਰੇਅਰ ਕੀਤੀ ਜਾਂਦੀ ਹੈ, ਅਤੇ ਬਹੁਤ ਸਾਰੇ ਪੰਜਾਬ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ ਜਿਹੜੀ ਪ੍ਰੇਅਰ ਕੀਤੀ ਜਾਂਦੀ ਹੈ ਉਹ ਲਤਾ ਮੰਗੇਸ਼ਕਰ ਦਾ ਉਹ ਗੀਤ, ਇਤਨੀ ਸ਼ਕਤੀ ਹਮੇ ਦੇ ਨਾ ਦਾਤਾ ਕਿ ਮਨ ਕਾ ਵਿਸ਼ਵਾਸ ਕਮਜ਼ੋਰ ਹੋ ਨਾ। ਇਹ ਬੱਚੇ ਬੜੇ ਪਿਆਰ ਦੇ ਨਾਲ ਦੇਖੋ ਇਹ ਪ੍ਰੇਅਰ ਕਰ ਰਹੇ ਨੇ, ਅਤੇ ਇੱਕ ਬੱਚਾ ਤਾਂ ਇੰਨੇ ਪਿਆਰ ਦੇ ਨਾਲ ਪ੍ਰੇਅਰ ਕਰ ਰਿਹਾ, ਇੰਨੇ ਪਿਆਰ ਦੇ ਨਾਲ ਪ੍ਰੇਅਰ ਕਰ ਰਿਹਾ ਕਿ ਦਿਲ ਅਸ਼ ਅਸ਼ ਕਰ ਉੱਠਿਆ। ਤੁਸੀਂ ਵੀ ਦੇਖੋ ਲਓ ਜੀ, ਇਸ ਜਵਾਕ ਨੂੰ ਪੱਕਾ ਪਤਾ ਹੋਣਾ ਵੀ ਜੇ ਮੈਂ ਇਹ ਲੋਲੀਪੋਪ ਕਲਾਸ ਦੇ ਵਿੱਚ ਲੈ ਗਿਆ ਤਾਂ ਮੇਰੇ ਹਿੱਸੇ ਨਹੀਂ ਆਉਣਾ, ਕਲਾਸ ਦੇ ਜਿਹੜੇ ਵੱਡੇ ਮੋਨੀਟਰ ਆ ਉਹਨਾਂ ਨੇ ਮੇਰੇ ਤੋਂ ਖੋਹ ਲੈਣਾ। ਇਹਨੂੰ ਕਹਿੰਦੇ ਜੀ ਇੱਕ ਪੰਥ ਦੋ ਕਾਜ, ਜਾਂ ਫਿਰ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ, ਨਾਲੇ ਤਾਂ ਆਪਣੇ ਆਰਾਮ ਨਾਲ ਲੋਲੀਪੋਪ ਚੂਪ ਰਿਹਾ ਅਤੇ ਨਾਲੇ ਹੀ ਆਪਣੀ ਪ੍ਰੇਅਰ ਜਿਹੜੀ ਹੈ ਉਹ ਕਰ ਰਿਹਾ। ਇਹ ਬੜੀ ਵਧੀਆ ਵੀਡੀਓ ਮੈਨੂੰ ਲੱਗੀ, ਇੱਕ ਇਦੂ ਵੀ ਵਧੀਆ ਵੀਡੀਓ ਤੁਹਾਨੂੰ ਭੇਜਦੇ ਹਾਂ ਵੀ ਪਤੀ ਪਤਨੀ ਦਾ ਪਿਆਰ ਬਹੁਤ ਹੁੰਦਾ, ਹੋਣਾ ਵੀ ਚਾਹੀਦਾ, ਚੰਗੀ ਗੱਲ ਹੈ। ਖਾਸ ਤੌਰ 'ਤੇ ਜਦੋਂ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਤਾਂ ਉਦੋਂ ਤੋਂ ਬਾਹਲਾ ਔਖਾ ਹੋ ਜਾਂਦਾ, ਜੀ ਲੱਗਦਾ ਨਹੀਂ ਹੈਗਾ, ਜਿਹੜੇ ਪੇਕੇ ਬਾਅਦ ਦੇ ਵਿੱਚ ਲੈ ਕੇ ਜਾਂਦੇ ਤਾਂ ਉਦੋਂ ਵੀ ਬੰਦਾ ਸੋਚਦਾ ਵੀ ਨਾ ਹੀ ਲੈ ਕੇ ਜਾਣ,
ਅਤੇ ਇੱਦਾਂ ਹੀ ਜਿਮੀ ਸਾਹਿਬ ਦਾ ਵੀ ਨਹੀਂ ਲੱਗਦਾ, ਪਰ ਜਿਮੀ ਸਾਹਿਬ ਨੇ ਨਹੀਂ ਕੀਤਾ ਜਿਹੜਾ ਇਸ ਭਾਈ ਸਾਹਿਬ ਨੇ ਕੀਤਾ। ਭਾਈ ਸਾਹਿਬ ਦਾ ਵਿਆਹ ਹੋਇਆ ਸੀ ਕਹਿੰਦੇ ਪਿੱਛੇ ਜਿਹੇ ਮਹੀਨਾ ਦੋ ਮਹੀਨੇ ਪਹਿਲਾਂ, ਜਿਹੜੀ ਵੀਡੀਓ ਦਿਖਾਉਣੀ ਉਹਨਾਂ ਦੀ ਗੱਲ ਕਰ ਰਿਹਾ, ਕਿਤੇ ਜਿਮੀ ਨੂੰ ਸਮਝ ਲਓ, ਹੋਇਆ ਜਿਮੀ ਦਾ ਵੀ ਮਹੀਨਾ ਦੋ ਮਹੀਨੇ ਪਹਿਲਾਂ ਹੀ। ਅਤੇ ਭਾਈ ਸਾਹਿਬ ਦਾ ਵਿਆਹ ਹੋਇਆ ਨਵਾਂ ਨਵਾਂ ਕਹਿ ਲਓ, ਚਾਹੇ ਦੋ ਮਹੀਨੇ ਤਿੰਨ ਮਹੀਨੇ ਹੋ ਗਏ, ਉਦੋਂ ਬਾਅਦ ਜਾਂ ਤਾਂ ਸਾਉਣ ਦਾ ਮਹੀਨਾ ਮੇਰੇ ਖਿਆਲ ਆ ਗਿਆ ਜਾਂ ਕੀ ਹੋਇਆ, ਸਬੱਬ ਇਹ ਬਣਿਆ ਕਿ ਕੁੜੀ ਦੇ ਪੇਕਿਆਂ ਤੋਂ ਉਹਦਾ ਭਰਾ ਉਹਨੂੰ ਗੱਡੀ ਲੈ ਕੇ ਲੈਣ ਆਇਆ ਵੀ ਚੱਲ ਭੈਣ ਚਾਰ ਦਿਨ ਆਪਦੇ ਪੇਕੇ ਰਹਿ ਆ, ਨਾਲੇ ਮਿਲ ਗਿਆ ਲਿਆ। ਚਲੋ ਕੁੜੀ ਤਾਂ ਤੁਰ ਪਈ, ਬਹਿ ਗਈ, ਉਹਨੇ ਵਿਚਾਰੀ ਨੇ ਕੀ ਕਹਿਣਾ ਸੀ, ਉਹਨੂੰ ਤਾਂ ਕਹਿੰਦੇ ਤੂੰ ਇੱਥੇ ਰਹਿ, ਤੂੰ ਉੱਥੇ ਰਹਿਣਾ ਸੀ, ਉਹਨੂੰ ਕਿ ਚੱਲ ਗੱਡੀ 'ਚ ਬੈਠੋ, ਵਿਚਾਰੀ ਤਿਆਰ ਤਿਉਰ ਹੋ ਗੱਡੀ 'ਚ ਬਹਿ ਗਈ। ਪਰ ਉਹਦੇ ਹਸਬੈਂਡ ਸਾਹਿਬ ਜਿਹੜੇ ਹੈਗੇ ਨੇ ਉਹ ਆਪਣੀ ਪਿਆਰੀ ਪਿਆਰੀ ਪਤਨੀ ਨੂੰ ਆਪਦੇ ਸਹੁਰੇ ਘਰ ਭੇਜਣ ਲਈ, ਕੁੜੀ ਦੇ ਪੇਕੇ ਭੇਜਣ ਵਾਸਤੇ ਕੀ ਕਰਦੇ ਨੇ, ਵੀਡੀਓ ਐਂਡ ਤੱਕ ਦੇਖਣ ਵਾਲੀ ਆ। ਇਹਨੂੰ ਕਹਿੰਦੇ ਆ ਬਈ ਜਿੱਤ ਜਿਹੜੀ ਹੈ, ਜੇ ਤੁਹਾਡੇ 'ਚ ਰਿੜਤਾ ਹੋਵੇ, ਸਿਰੜ ਹੋਵੇ ਤਾਂ ਜਿੱਤ ਹੁੰਦੀ ਹੁੰਦੀ ਹੈ। ਥੋੜ੍ਹੀ ਜਿਹੀ ਵੀਡੀਓ ਲੰਮੀ ਹੈ ਜਿਮੀ ਸਾਹਿਬ, ਕੋਈ ਨਹੀਂ ਦਿਖਾ ਦਿਓ, ਦੇਖੋ ਜੀ ਤੁਸੀਂ ਵੀ ਇਹ ਵੀਡੀਓ, ਆਡੀਓ ਵੀ ਨਾਲ ਜ਼ਰੂਰ ਸੁਣਾਓ। ਤੋਰੋ ਬੇਜਤੀ ਹੋਈ, ਹਮਰੋ ਬੇਜਤੀ ਹੋਈ, ਪਰ ਉਨਕੀ ਸਮਝ ਵੀ ਨਾ ਆਤਾ, ਉਨਕੀ ਮਨਾ ਕਹੀ ਨਹੀਂ, ਸਮਝਾਵਾ ਲੋਗੋ ਨਾ ਏਕਦਮ ਚਿੱਲਾ। ਵਾਹ ਜੀ ਵਾਹ, ਵਾਹ ਜੀ ਵਾਹ, ਇਹਨੂੰ ਕਹਿੰਦੇ ਨੇ ਪਿਆਰ। ਦੇਖੋ ਜੀ, ਬੰਦੇ ਨੇ ਚਾਹੇ ਕਾਰ ਦੇ ਅੱਗੇ ਲਿਟਿਆ, ਚਾਹੇ ਰੋਇਆ, ਚਾਹੇ ਪਿੱਟਿਆ, ਉਹਨੇ ਆਪਣੀ ਘਰ ਵਾਲੀ ਪੇਕੇ ਨਹੀਂ ਜਾਣ ਦਿੱਤੀ। ਵੈਸੇ ਇਹ ਕਰਮਾਂ ਵਾਲਾ ਬੰਦਾ ਹੀ ਕੋਈ ਹੋਊਗਾ, ਜਾਂ ਸ਼ੁਰੂ ਸ਼ੁਰੂ 'ਚ ਵਿਆਹ ਤੋਂ ਬਾਅਦ ਇਹ ਹੋਣਾ, ਕਿ ਉਦੋਂ ਬਾਅਦ ਤਾਂ ਬੰਦਾ ਸੋਚਦਾ ਵੀ ਕਿਹੜੇ ਵੇਲੇ ਪੇਕੇ ਜਾਊ, ਬਹਾਨੇ ਆਨੇ ਪੁੱਛ ਵੀ ਲੈਂਦਾ ਪਿੰਡ ਵਿੱਚ, ਪੰਜਾਬ ਦੇ ਵਿੱਚ ਵੀ ਜਾਣਾ ਨਹੀਂ, ਨਿਆਣਿਆਂ ਨੂੰ ਛੁੱਟੀਆਂ ਸੀਗੀਆਂ, ਘੁਮਾ ਲਿਆਉਣਾ ਸੀਗਾ ਨਾਨਕਿਆਂ ਦੇ, ਤਾਂ ਕਹਿੰਦੇ ਨਹੀਂ ਕੋਈ ਨਹੀਂ, ਇੱਥੇ ਹੀ ਨਾਨਕੇ ਆ, ਇੱਥੇ ਹੀ ਸਾਰਾ ਕੁਛ ਠੀਕ ਆ। ਪਰ ਇਹ ਜਿਹੜੀ ਹੈਗੀ ਇਹ ਵੀਡੀਓ ਤੁਸੀਂ ਦੇਖੀ ਆ, ਇਹ ਇੰਡੀਆ ਦੇ ਕਿਸੇ ਨਾ ਕਿਸੇ ਪਿੰਡ ਦੀ ਹੈਗੀ ਆ। ਪਰ ਇਹ ਹੋ ਸਕਦਾ ਵਿਚਾਰੇ ਦਾ ਮਸਾਂ ਮਸਾਂ ਵਿਆਹ ਹੋਇਆ ਹੋਵੇ, ਤਾਂ ਉਹਨੂੰ ਮੁੜ ਕੇ ਇਹ ਲੱਗਿਆ ਹੋਵੇ ਵੀ ਭਾਈ ਜੇ ਕਿਤੇ ਚੱਲ ਗਈ, ਜੇ ਵਾਪਸੀ ਨਾ ਹੀ ਫਿਰ ਮੈਂ ਕਰੂੰ। ਚਲੋ ਖੈਰ, ਓਵਰਆਲ ਇਹ ਫਨੀ ਗੱਲਾਂ ਬਾਤਾਂ ਹੈਗੀਆਂ, ਇਹੋ ਜਿਹਾ ਪਿਆਰ ਚਾਹੀਦਾ ਪਤੀ ਪਤਨੀ ਦੇ ਵਿੱਚ, ਪਹਿਲੇ ਸਾਲ ਖੰਡ ਨਹੀਂ, ਹਮੇਸ਼ਾ ਹੀ ਚਾਹੀਦਾ ਕਿ ਪਤਨੀ ਜੋ ਦੂਰ ਹੋਵੇ, ਪਤੀ ਨੂੰ ਕੁਛ ਕੁਛ ਹੋਣਾ ਚਾਹੀਦਾ ਵੀ ਪਤਨੀ ਗਈ ਹੈ, ਇਹ ਨਹੀਂ ਹੋਣਾ ਚਾਹੀਦਾ ਪਤਨੀ ਦੂਰ ਹੋਵੇ ਤਾਂ ਮਤਲਬ ਵਧੀਆ ਫੀਲ ਹੁੰਦਾ ਹੈਗਾ। ਉਹ ਕੋਈ ਬੰਦਾ ਪੰਗਾ ਪੈ ਗਿਆ ਨਾ, ਉਹੀ ਘਰਵਾਲੀ ਨੇ ਪੁੱਛਿਆ ਵੀ ਜਿਵੇਂ ਪੇਕੇ ਚਲੀ ਜਾਵਾਂ ਦੋ ਕੁ ਮਹੀਨੇ ਲਈ, ਕੀ ਵਿਚਾਰ? ਕਹਿੰਦਾ ਬਹੁਤ ਵਧੀਆ ਵਿਚਾਰ ਹੈ,
ਲੈ ਕਹਿੰਦੀ ਹੁਣ ਨਾ ਗਈ, ਮੈਂ ਚੱਲ ਜਾਣਾ ਸੀਗਾ। ਚਲੋ ਖੈਰ, ਇਹ ਗੱਲਾਂ ਬਾਤਾਂ ਆਪਣੀਆਂ ਆਪਸ ਦੇ ਵਿੱਚ ਚੱਲਦੀਆਂ ਰਹਿੰਦੀਆਂ। ਬ੍ਰੇਕ ਤੋਂ ਬਾਅਦ ਵਿਸ਼ੇ ਵਾਲੇ ਪਾਸੇ ਵੀ ਚੱਲਾਂਗੇ ਅਤੇ ਵਿਸ਼ਾ ਅੱਜ ਪਿੰਡਾਂ ਨਾਲ ਸੰਬੰਧਿਤ ਹੀ ਹੋਏਗਾ। ਪਿੰਡਾਂ ਦੀਆਂ ਅਸੀਂ ਤੁਹਾਨੂੰ ਫੋਟੋਆਂ ਦਿਖਾਈਆਂ ਅਤੇ ਪੰਜਾਬ ਦੇ ਪਿੰਡਾਂ ਨਾਲ ਹੀ ਸੰਬੰਧਿਤ ਅੱਜ ਦਾ ਵਿਸ਼ਾ ਇੱਕ ਵਾਰ ਫਿਰ ਹੋਏਗਾ ਹਮੇਸ਼ਾ ਦੀ ਤਰ੍ਹਾਂ। ਔਰ ਉਮੀਦ ਕਰਦਾ ਅੱਜ ਵੀ ਤੁਹਾਨੂੰ ਵਿਸ਼ਾ ਵਧੀਆ ਲੱਗੂਗਾ, ਕਿਉਂਕਿ ਜਦੋਂ ਅਸੀਂ ਪੰਜਾਬ ਦੀ ਸੈਰ ਕਰਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਜਾਂ ਤੁਸੀਂ ਫੋਨ ਦੇ ਜ਼ਰੀਏ ਪੰਜਾਬ ਦੀਆਂ ਆਪਣੀਆਂ ਗੱਲਾਂ ਬਾਤਾਂ ਦੱਸਦੇ ਹੋ, ਤਾਂ ਜਿਹੜੇ ਲੱਖਾਂ ਪੰਜਾਬੀ ਲੱਖਾਂ ਦਰਸ਼ਕ ਪੂਰੀ ਦੁਨੀਆ ਦੇ ਵਿੱਚ ਪ੍ਰੋਗਰਾਮ ਦੇਖਦੇ ਨੇ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਦਾ, ਸਾਨੂੰ ਫੀਡਬੈਕ ਬਕਾਇਦਾ ਆਉਂਦੀ ਹੈ। ਪ੍ਰੋਗਰਾਮ ਦੀ ਬਾਅਦ ਦੇ ਵਿੱਚ ਦੋ ਤਿੰਨ ਫੋਨ ਤਾਂ ਆ ਹੀ ਜਾਂਦੇ ਮੇਰੇ ਸੈੱਲ ਨੰਬਰ 'ਤੇ, ਉਸ ਪ੍ਰੋਗਰਾਮ ਦੇ ਵਿਸ਼ੇ ਨੂੰ ਵੀ ਸਾਡੀ ਕਾਲ ਲੱਗੀ ਨਹੀਂ ਹੈਗੀ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਕੋਈ ਡਿਸਕਸ ਕਰਦੇ ਹਾਂ, ਉਹ ਇੱਥੇ ਫੋਨ 'ਤੇ ਹੀ ਲੋਕਾਂ ਪੂਰੇ ਜਿਹੜੀ ਆਪਣੀ ਸੱਥ ਹੈਗੀ ਆ ਇਹਦੇ ਵਿੱਚ ਹੀ ਆਪਾਂ ਕਰੀਏ, ਜ਼ਿਆਦਾ ਵਧੀਆ। ਸੋ ਨੰਬਰ ਡਾਇਲ ਕਰ ਲਓ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਉਸ ਤੋਂ ਪਹਿਲਾਂ ਵਿਸ਼ੇ ਵਾਲੇ ਪਾਸੇ ਚੱਲਦੇ ਹਾਂ, ਪਿੰਡਾਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਤਾਂ ਹੁਣ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਪਿੰਡਾਂ ਅਤੇ ਸ਼ਹਿਰਾਂ ਦਾ ਕੋਈ ਫਰਕ ਰਿਹਾ ਨਹੀਂ ਹੈਗਾ। ਪਹਿਲਾਂ ਅਸੀਂ ਬੜਾ ਕਸ਼ਟਾਂ ਦੇ ਵਿੱਚ ਵੀ ਪੇਸ਼ ਕੀਤਾ, ਪਿੰਡਾਂ ਅਤੇ ਸ਼ਹਿਰਾਂ ਦਾ ਫਰਕ ਕੀ ਹੁੰਦਾ, ਪੜ੍ਹਾਈ ਲਿਖਾਈ ਦਾ ਫਰਕ ਕੀ ਹੁੰਦਾ, ਪਿੰਡਾਂ ਦੇ ਲੋਕਾਂ ਦਾ ਕਿਵੇਂ ਗੱਲਾਂ ਕਰਦੇ ਨੇ, ਕਿਵੇਂ ਲੜਾਈਆਂ ਕਰਦੇ ਨੇ, ਸ਼ਹਿਰ ਦੇ ਕਿਵੇਂ ਕਰਦੇ ਨੇ। ਪਰ ਅਸੀਂ ਜੇ ਪਿੰਡ ਦੇ ਅੱਜ ਤੋਂ ਜਿਵੇਂ ਆਪਣੇ ਹਿਸਾਬ ਦੇ ਨਾਲ ਲਾਵਾਂ, ਅਤੇ ਅੱਜ ਤੋਂ ਅਸੀਂ ਜੇ 25-30 ਸਾਲ ਪਿੱਛੇ ਜਾਈਏ, 25-30-35 ਸਾਲ ਤੱਕ ਵੀ ਚਲੋ ਜਾ ਸਕਦੇ ਹਾਂ, ਬਾਲਾ ਬਾ ਠੀਕ ਠੀਕ ਲਾ ਕੇ 35 ਤੱਕ ਠੀਕ ਹੈ, ਡਿਸਕਾਊਂਟਡ ਜਾਈਏ ਤਾਂ ਉਦੋਂ ਇੱਕ ਪਿੰਡ ਦੇ ਨਜ਼ਰ ਮਾਰੀਏ ਅਤੇ ਕੰਮ ਕਾਰ ਜਿਹੜੇ ਕਰਦੇ ਸੀਗੇ ਪਿਤਾ ਪੁਰਖੇ ਜਿਹੜੇ ਕੰਮ ਕਰਦੇ ਸੀਗੇ, ਤਕਰੀਬਨ ਉਹ ਗਾਹਾਂ ਪਿੰਡਾਂ ਦੇ ਵਿੱਚ ਕੰਮ ਕਰਦੇ ਸੀਗੇ, ਬੱਚੇ ਵੀ। ਅੱਜ ਕੱਲ੍ਹ ਦੇਖੀਏ, ਚਲੋ ਟਾਈਮ ਦੇ ਹਿਸਾਬ ਨਾਲ ਸਾਰਾ ਕੁਛ ਬਦਲ ਗਿਆ, ਜ਼ਰੂਰੀ ਨਹੀਂ ਕਿ ਜਿਹੜਾ ਉਹੀ ਕੰਮ ਕਰਨ ਬੱਚੇ। ਪਹਿਲਾਂ ਇਹ ਹੁੰਦਾ ਸੀ ਹਲਵਾਈ ਦਾ ਮੁੰਡਾ ਤਾਂ ਹਲਵਾਈ ਹੈ, ਜੇ ਕਿਸੇ ਦਾ ਡਾਕਟਰ ਬਣ ਗਿਆ ਜੋ ਕਿ ਡਾਕਟਰ, ਉਹਦੇ ਗਾਂਹ ਨਿਆਣੇ ਉਹ ਵੀ ਡਾਕਟਰ ਬਣਦੇ ਨੇ, ਅੱਜ ਕੱਲ੍ਹ ਵੀ ਹੈਗੇ ਇੰਜੀਨੀਅਰ। ਪਰ ਆਪਾਂ ਜੇ ਨੌਕਰੀਆਂ ਦੀ ਗੱਲ ਛੱਡੀਏ, ਆਪਾਂ ਗੱਲ ਕਰਦੇ ਹਾਂ ਪਿੰਡਾਂ ਦੇ ਪੁਰਾਣੇ ਕਿੱਤੇ, ਅੱਜ ਸਾਂਝੇ ਕਰਨੇ ਪਿੰਡਾਂ ਦੇ ਪੁਰਾਣੇ ਕਿੱਤੇ ਕਿਹੜੇ ਕਿਹੜੇ ਹੁੰਦੇ ਸੀ। ਮੈਂ ਅਗਰ ਨਜ਼ਰ ਘੁਮਾਵਾਂ ਤਾਂ ਸਾਡੇ ਪਿੰਡ ਇੱਕ ਲੁਹਾਰਾਂ ਦਾ ਘਰ ਹੁੰਦਾ ਸੀ, ਉਹ ਹੈ ਹੀ ਲੁਹਾਰ ਹੀ, ਉਹਨਾਂ ਦਾ ਨਾਮ ਹੀ ਲੁਹਾਰ ਨਾਲ, ਨਾਮ ਦੇ ਨਾਲ ਲੁਹਾਰ ਲੱਗਦਾ ਸੀਗਾ। ਇੱਕ ਇਸੇ ਤਰ੍ਹਾਂ ਤਰਖਾਣ ਦਾ ਘਰ ਹੁੰਦਾ ਸੀਗਾ, ਜਿਨ੍ਹਾਂ ਦੇ ਜਿਹੜੇ ਸਾਰਾ ਕੰਮ ਕਾਰ ਕਰਦੇ ਹੁੰਦੇ ਸੀਗੇ, ਜਿਨ੍ਹਾਂ ਨੇ ਕਿਸੇ ਦੇ ਇੱਕ ਮੰਜੀ ਟੁੱਟ ਗਈ ਜਾਂ ਪੀੜ੍ਹੀ ਟੁੱਟ ਗਈ ਜਾਂ ਕੁਛ ਹੋ ਗਈ, ਉਹ ਜਾ ਕੇ ਘਰੋਂ ਘਰੀ ਠੀਕ ਕਰਨੀ, ਇੱਕ ਉਹ ਬੰਦਾ ਪਿੰਡ ਦੇ ਵਿੱਚ ਲਾਜ਼ਮੀ ਹੁੰਦਾ ਸੀਗਾ। ਲੁਹਾਰ ਦੀ ਗੱਲ ਕਰੀਏ ਤਾਂ ਦਾਤੀਆਂ ਦੇ ਦੰਦੇ ਕੱਢਣੇ ਅਤੇ ਰੰਬੇ ਜਿਹੜੇ ਹੈਗੇ ਨੇ ਉਹ ਤਿੱਖੇ ਕਰਨੇ ਜਾਂ ਕਹੀਆਂ ਕੁਹੀਆਂ ਤਿੱਖੀਆਂ ਕਰਨੀਆਂ, ਨਾਲ ਦੀ ਨਾਲ ਹੋਰ ਕੰਮ ਜਿਹੜਾ ਮਾੜਾ ਮੋਟਾ ਲੁਹਾਰ ਉਹ ਭੱਠੀ ਦੇ ਵਿੱਚ ਪਾ ਕੇ ਅਤੇ ਕੋਲੇ ਹੁੰਦੇ ਸੀ ਅਤੇ ਉਹਨੂੰ ਗੇਟ ਦੇ ਹੁੰਦੇ ਸੀ, ਇੱਦਾਂ ਉਹਨਾਂ ਹਵਾ ਆ ਕੇ ਅਤੇ ਲੋਹਾ ਜਿਹੜਾ ਪਿੰਗਲਦਾ ਸੀ ਅਤੇ ਫਿਰ ਉਹਨੂੰ ਜਾ ਕੇ ਕੁੱਟਦੇ ਹੁੰਦੇ ਸੀ, ਅਤੇ ਉਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ। ਉਹ ਕਿੱਤੇ ਹੋ ਗਏ ਪਿੰਡ ਦੇ ਵਿੱਚ ਜਿਹੜਾ ਕਿ ਗਾਂ ਦੀ ਗਾਂ, ਗਾਂ ਦੀ ਗਾਂ ਉਹ ਕਰਦੇ ਆਏ ਨੇ। ਇੱਕ ਪਿੰਡ ਦੇ ਵਿੱਚ ਫਿਰ ਹੁੰਦਾ ਸੀ ਜ਼ਰੂਰ, ਜਿਹਨੂੰ ਅਸੀਂ ਅੱਜ ਕੱਲ੍ਹ ਹੇਅਰ ਸਟਾਈਲ ਕਹਿ ਦਿੰਦੇ ਹਾਂ, ਹੇਅਰ ਸਟਾਈਲ ਕਹਿ ਦਿੰਦੇ ਹਾਂ ਜਾਂ ਬਾਰਬਰ ਕਹਿ ਦਿੰਦੇ ਹਾਂ, ਇੱਕ ਪਿੰਡ ਦੇ ਵਿੱਚ ਉਹ ਨਾਈ ਹੁੰਦਾ ਸੀ ਜਿਹੜਾ ਕਿ ਲੋਕਾਂ ਦੇ ਵਾਲ ਘਰੇ ਜਾ ਕੇ ਵੀ ਕੱਟ ਦਿੰਦਾ ਸੀਗਾ, ਜਾਂ ਫਿਰ ਲੋਕ ਉਹਦੇ ਕੋਲ ਵੀ ਆਉਂਦੇ ਸੀਗੇ ਤਕਰੀਬਨ ਉਹ ਵੀ ਇੱਦਾਂ ਇੱਕ ਪਿੰਡ ਦੇ ਵਿੱਚ ਜ਼ਰੂਰ ਹੁੰਦਾ ਸੀਗਾ। ਫਿਰ ਗੱਲ ਕਰੀਏ ਤਾਂ ਫਿਰ ਜਿਹੜੇ ਆਹ ਭਾਂਡੇ ਕਲੀ ਕਰਨ ਵਾਲੇ ਆ, ਇਹ ਇੱਕ ਪਿੰਡ ਦੇ ਵਿੱਚ ਨਹੀਂ ਸੀ ਹੁੰਦੇ, ਇਹ ਕਿਸੇ ਪਿੰਡ 'ਚੋਂ ਆ ਕੇ ਅਤੇ ਪਿੰਡਾਂ ਦੇ ਵਿੱਚ ਆ ਕੇ ਵਿਚਾਲੇ ਜੇ ਆਪਣਾ ਡੇਰਾ ਲਾ ਲੈਂਦੇ ਸੀਗੇ, ਅਤੇ ਉਦੋਂ ਫਿਰ ਸਾਰੇ ਪਿੰਡ ਦੇ ਲੋਕ ਉੱਥੇ ਭਾਂਡੇ ਕਲੀ ਕਰਾਉਣ ਵਾਸਤੇ ਆਉਂਦੇ ਸੀਗੇ, ਅਤੇ ਸਾਡੇ ਵਰਗੇ ਜਿਹੜੇ ਫਿਰ ਨਿਆਣੇ ਹੁੰਦੇ ਸੀ ਤਾਂ ਐਂ ਪਿੱਛੇ ਹੱਥ ਰੱਖ ਕੇ ਅਤੇ ਐਂ ਖੜ ਕੇ ਦੇਖੀ ਜਾਣੇ ਵੀ ਉਹ ਕਿਵੇਂ ਕਰਦੇ ਆ, ਕਿਵੇਂ ਪਿੰਗਲ ਦਾ ਉਹ ਜਿਹੜਾ ਕਲੀ ਜੀ ਹੁੰਦੀ ਹੈ, ਅਤੇ ਮੁੜ ਕੇ ਜਿਹੜੀਆਂ ਕਲੀਆਂ ਛੋਟੀਆਂ ਮੋਟੀਆਂ ਹੁੰਦੀਆਂ ਸੀਗੀਆਂ ਪੀਸ ਪੂਸ ਜੇ, ਅਤੇ ਉਹ ਚੱਕ ਕੇ ਨਿਆਣੇ ਘਰ ਵੀ ਲੈ ਜਾਂਦੇ ਹੁੰਦੇ ਸੀ, ਇੱਕ ਉਹ ਵੀ ਮਾਹੌਲ ਹੁੰਦਾ ਸੀਗਾ। ਆਪਾਂ ਫਿਰ ਆਈਏ ਵਿਸ਼ੇ ਵਾਲੇ ਪਾਸੇ। ਮੈਨੂੰ ਕਿਸੇ ਨੇ ਪੁੱਛਿਆ ਵੀ ਅੱਜ ਕੱਲ੍ਹ ਲੋਕ ਪਿਤਾ ਪੁਰਖੀ ਕੰਮ ਜਿਹੜੇ ਉਹ ਕਿਉਂ ਨਹੀਂ ਕਰਦੇ, ਕਿਉਂ ਛੱਡਦੇ ਜਾ ਰਹੇ ਆ। ਮੈਂ ਕਿਹਾ ਤੁਸੀਂ ਪਿਤਾ ਪੁਰਖੀ ਦੀ ਗੱਲ ਛੱਡੋ, ਲੋਕ ਵੈਸੇ ਹੀ ਕੰਮ ਛੱਡਦੇ ਜਾ ਰਹੇ ਆ। ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਵੈਸੇ ਹੀ ਕੰਮ ਛੱਡਦੇ ਜਾ ਰਹੇ ਪੰਜਾਬ ਦੇ ਵਿੱਚ, ਪੰਜਾਬ ਦੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਪਤਾ ਹੁੰਦਾ ਸੀ ਵੀ ਹਰ ਜਵਾਕ ਕੰਮ ਕਰਦਾ, ਕੋਈ ਨਾ ਕੋਈ ਕੰਮ ਕਰਦਾ, ਚਲੋ ਪੜ੍ਹਾਈ ਲਿਖਾਈ ਕਰਦਾ, ਕੋਈ ਬਾਹਰ ਨਿਕਲ ਗਿਆ, ਕਿਤੇ ਚਲ ਗਿਆ। ਪਰ ਅੱਜ ਜੇ ਅਸੀਂ ਗੱਲ ਕਰੀਏ ਪਿੰਡਾਂ ਦੇ ਨਿਆਣਿਆਂ ਦੀ ਗੱਲ ਕਰੀਏ, ਉਹਨਾਂ ਨਿਆਣਿਆਂ ਦੀ, ਉਹਨਾਂ ਨੌਜਵਾਨਾਂ ਦੀ ਗੱਲ ਕਰੀਏ ਜਿਹੜੇ ਕਿ ਪਿੰਡ ਦਾ ਮਾਣ ਸਮਝੇ ਜਾਂਦੇ ਸੀ, ਪਹਿਲਾਂ ਤਾਂ ਹੈ ਹੀ ਕੋਈ ਨਹੀਂ ਪਿੰਡ ਦੇ ਵਿੱਚ, ਬਈ ਦੂਜੀ ਗੱਲ ਇਹ ਹੈ ਕਿ ਨਸ਼ਿਆਂ ਨੇ ਖਾ ਲਿਆ, ਤੀਜੀ ਗੱਲ ਇਹ ਹੈ ਕਿ ਕੰਮ ਕੋਈ ਨਹੀਂ ਕਰਦਾ। ਸਵੇਰੇ ਵਧੀਆ ਬ੍ਰਾਂਡਡ ਕੱਪੜੇ ਪਾ ਕੇ ਨਿਕਲਦੇ ਘਰੋਂ,
ਬ੍ਰਾਂਡਡ ਮੋਟਰਸਾਈਕਲ ਇੱਕ ਰੱਖਿਆ ਹੋਇਆ, ਐਂ ਨਾਈਕੀ ਦੇ ਪਾ ਕੇ ਸ਼ੂਜ਼ ਅਤੇ ਨਾਲ ਟਰੈਕ ਸੂਟ ਤਾਂ ਘਰੋਂ ਨਿਕਲਦੇ ਨੇ, ਅਤੇ ਫਿਰ ਉਹ ਪਿੰਡ 'ਚ ਗੇੜੀ ਗੁੜੀ ਦੇ ਕੇ ਤਾਂ ਮੁੜ ਕੇ ਘਰ ਆ ਜਾਂਦੇ। ਇਹ ਰੂਟੀਨ ਅੱਜ ਕੱਲ੍ਹ ਦੇ ਮੁੰਡਿਆਂ ਦੀ ਹੈਗੀ ਆ, ਖੇਤਾਂ ਦੇ ਵਿੱਚ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਵੀ ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਪਿੰਡਾਂ ਦੇ ਮੁੰਡੇ ਅੱਜ ਕੱਲ੍ਹ ਕੰਮ ਕਰਦੇ? ਪਿਤਾ ਪੁਰਖੀ ਕੰਮ ਕਿਹੜੇ ਕਿਹੜੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ, ਪੁਰਾਣੇ ਖੇਤੀ ਦੇ ਸੰਦ ਕਿਹੜੇ ਕਿਹੜੇ ਹੁੰਦੇ ਸੀਗੇ ਉਹ ਆਪਾਂ ਜੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੀਏ। ਫਲੇ ਹੁੰਦੇ ਸੀ, ਇੱਕ ਤਾਂ ਫਲਿਆਂ ਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਚੰਗੀ ਤਰ੍ਹਾਂ ਨਹੀਂ ਮਤਲਬ ਚੇਤਾ ਆਇਆ ਵੀ ਫਲਿਆਂ ਦੇ ਉੱਪਰ ਬੈਲ ਬਿਠਾ ਆਉਂਦੇ ਸੀ ਨਿਆਣਿਆਂ ਨੂੰ, ਅਤੇ ਉਹ ਮੁੜ ਕੇ ਘੁੰਮੀ ਜਾਂਦੇ ਸੀ ਕਣਕ ਨੂੰ ਜਦੋਂ ਕੱਢਦੇ ਸੀ ਮੁੜ ਕੇ, ਉਹ ਬੜੀ ਲੰਬੀ ਚੌੜੀ ਉਹ ਮਿਹਨਤ ਤੋਂ ਬਾਅਦ ਫਿਰ ਦਾਣੇ ਨਿਕਲਦੇ ਸੀ, ਅਤੇ ਬਾਕੀ ਜਿਹੜੇ ਚਿੱਟੇ ਹੁੰਦੇ ਸੀ ਉਹ ਉਹਨਾਂ ਵਿੱਚੋਂ ਦਾਣੇ ਕੱਢ ਕੇ ਬਾਕੀ ਫਿਰ ਬਾਅਦ 'ਚ ਸਿੱਟਦੇ ਹੁੰਦੇ ਸੀ। ਸੋ ਆਪਾਂ ਜਿਹੜੀ ਗੱਲ ਕਰਨੀ ਇਹ ਕਰਨੀ ਆ ਕਿ ਅੱਜ ਕੱਲ੍ਹ ਨਿਆਣੇ ਜਿਹੜੇ ਪਿੰਡਾਂ ਦੇ ਹੈਗੇ ਆ ਉਹ ਕੰਮ ਕਰਕੇ ਕਿਉਂ ਨਹੀਂ ਰਾਜੀ। ਮੈਨੂੰ ਕਿਸੇ ਦੋਸਤ ਨੇ ਕਿਹਾ ਸੀ ਅਸਲ ਦੇ ਵਿੱਚ ਉਹਨਾਂ ਦੇ ਹੱਡ ਹਰਾਮ ਹੋ ਗਏ ਨੇ, ਅਤੇ ਹੱਡ ਹਰਾਮ ਕਰਨ ਦੇ ਵਿੱਚ ਕੁਛ ਤਾਂ ਯੋਗ ਹੈਗਾ ਸਾਡਾ, ਸਾਡਾ ਮੀਨਸ ਕਿ ਬਾਹਰਲੇ NRI ਲੋਕਾਂ ਦੇ ਜਿਹੜੇ ਪੈਸੇ ਉੱਧਰ ਖੁੱਲ੍ਹੇ ਭੇਜਦੇ ਨੇ, ਅਤੇ ਉਹਨਾਂ ਨੂੰ ਕੰਮ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਅਤੇ ਦੂਜਾ ਕਹਿੰਦੇ ਜੀ ਪੰਜਾਬ ਦੀ ਸਰਕਾਰ ਚਾਹੇ ਕੋਈ ਵੀ ਹੋਵੇ ਉਹਨਾਂ ਨੇ ਫਰੀ ਦੇ ਚੋਗੇ 'ਤੇ ਲਾ ਰੱਖੇ ਨੇ ਨੌਜਵਾਨ। ਨੌਜਵਾਨ ਨੂੰ ਰੋਟੀ ਪਾਣੀ ਮਾੜਾ ਮੋਟਾ ਘਰ ਚੱਲੀ ਜਾਂਦਾ, ਤਾਂ ਉਹਨੂੰ ਜਾ ਕੇ ਲੀਡਰਾਂ ਦੇ ਨਾਲ ਰੈਲੀਆਂ ਜਾ ਕੇ ਦਾਰੂ ਫਰੀ ਮਿਲਣੀ ਹੈ, ਖਾਣਾ ਪੀਣਾ ਫਰੀ ਮਿਲਣਾ, ਅਗਲਾ ਕਹਿੰਦਾ ਕੰਮ ਕਰਨ ਦੀ ਕੀ ਲੋੜ ਹੈ। ਬਾਹਲੇ ਲੋਕ ਜਿਹੜੇ ਹੈਗੇ ਨੇ ਸਾਡੇ ਦੋਸਤ ਮਿੱਤਰ ਜਿਨ੍ਹਾਂ ਨਾਲ ਗੱਲ ਕੀਤੀ ਮੈਂ, ਤਾਂ ਉਹ ਸਰਕਾਰਾਂ ਦਾ ਦੋਸ਼ ਕੱਢਦੇ ਨੇ ਵੀ ਸਰਕਾਰਾਂ ਦੀ ਅਣਗਹਿਲੀ ਕਰਕੇ ਜਾਂ ਸਰਕਾਰਾਂ ਕਰਕੇ ਲੋਕ ਜਿਹੜੇ ਉੱਥੇ ਕੰਮ ਕਰਕੇ ਰਾਜੀ ਨਹੀਂ। ਕੁਛ ਨੂੰ ਤਾਂ ਇੱਦਾਂ ਚੋਗੇ 'ਤੇ ਭਾਰ ਲਾ ਰੱਖਿਆ ਸਰਕਾਰਾਂ ਨੇ, ਅਤੇ ਕੁਛ ਨੂੰ ਫਿਰ ਦਾਲ ਆਟਾ ਸਕੀਮ ਜਿਹੜੀ ਹੈਗੀ ਉਹ 'ਤੇ ਲਾ ਰੱਖਿਆ ਵੀ ਠੀਕ ਹੈ ਤੁਹਾਨੂੰ 3 ਰੰਗ ਦੀ ਰੋਟੀ ਆਟਾ ਦਾਲ ਮਿਲ ਗਿਆ, ਰੋਟੀ ਖਾਓ ਸੌਂ ਜਾਓ ਵੋਟ ਸਾਨੂੰ ਪਾਓ। ਇਹ ਕਹਿਣਾ ਹੈਗਾ ਬੁੱਧੀਜੀਵੀਆਂ ਦਾ ਕਿ ਸਰਕਾਰ ਲੋਕਾਂ ਨੂੰ ਇਹਦੇ ਉੱਪਰ ਸੋਚਣੀ ਨਹੀਂ ਦਿੰਦੀ, ਹੈਂਡ ਟੂ ਮਾਊਥ ਰਹਿਣ ਲੋਕ ਤਾਂ ਸਰਕਾਰਾਂ ਚੱਲਦੀਆਂ ਨੇ, ਇਹ ਉੱਥੋਂ ਦੀਆਂ ਸਰਕਾਰਾਂ ਦੀ ਸੋਚ ਹੈਗੀ ਆ। ਉਹਨਾਂ ਨੂੰ ਇਹ ਲੱਗਦਾ ਕਿ ਜੇ ਲੋਕ ਅਵੇਅਰ ਹੋ ਗਏ ਤਾਂ ਸਾਨੂੰ ਫਿਰ ਕਿਸੇ ਨੇ ਪੁੱਛਣਾ ਨਹੀਂ ਹੈਗਾ। ਪਿੰਡਾਂ ਦੇ ਵਿੱਚ ਇਹ ਚੀਜ਼ ਅਕਸਰ ਹੈਗੀ ਆ ਕਿ ਅੱਜ ਕੱਲ੍ਹ ਤਰੱਕੀ ਬਹੁਤ ਹੋ ਗਈ, ਚਲੋ ਅਸੀਂ ਸੱਭਿਆਚਾਰ ਦੀ ਅਸੀਂ ਵੀ ਗੱਲ ਕਰੀ ਦੀ ਆ, ਅਕਸਰ ਵੀ ਸੱਭਿਆਚਾਰ ਪੁਰਾਣਾ ਹੈਗਾ, ਪੁਰਾਣਾ ਹੋਣਾ ਚਾਹੀਦਾ, ਜਿਹੜਾ ਰੀਤੀ ਰਿਵਾਜ਼ ਸੀ ਹੋਣੇ ਚਾਹੀਦੇ ਆ। ਪਰ ਜੇ ਤਰੱਕੀ ਕੀਤੀ ਸਾਇੰਸ ਨੇ ਤਾਂ ਉਹ ਵੀ ਆਪਣੇ ਨਾਲ ਹੀ ਆ, ਅਤੇ ਕਿੱਥੇ ਬਾਹਰਲੇ ਮੁਲਕਾਂ 'ਚ ਆਏ ਸੀ ਬਾਬਾ ਜੀ ਪ੍ਰਵਚਨ ਕਰਨ, ਅਤੇ ਮਾਈਕ 'ਤੇ ਖੜ ਕੇ ਕਹਿੰਦੇ ਵੀ ਸਾਨੂੰ ਸਾਇੰਸ ਦਾ ਜਿਹੜੀ ਹੈਗੀ ਆ ਸਾਇੰਸ ਦਾ ਵਿਰੋਧ ਕਰਨਾ ਚਾਹੀਦਾ। ਸਾਇੰਸ ਨੇ ਬੇੜਾ ਗਰਕ ਕਰਕੇ ਰੱਖਤਾ, ਪੂਰੀ ਦੁਨੀਆ ਦਾ ਬੇੜਾ ਗਰਕ ਕਰਕੇ ਰੱਖਦਾ। ਸਾਇੰਸ ਨੇ ਆਹ ਮੋਬਾਈਲ ਬਣਾ ਤੇ, ਇਹਦੇ ਨਿਆਣੇ ਲੱਗੇ ਰਹਿੰਦੇ ਇਹਦੇ 'ਤੇ, ਬੇੜਾ ਗਰਕ ਕਰਕੇ ਰੱਖਤਾ ਹਰ ਗੱਲ 'ਤੇ। ਸਾਇੰਸ ਨੇ ਬੇੜਾ ਗਰਕ ਕਰਕੇ ਰੱਖਤਾ, ਸਾਇੰਸ ਨੇ ਬੇੜਾ ਗਰਕ ਕਰਕੇ ਰੱਖਤਾ। ਜਦੋਂ 5-7 ਵਾਰੀ ਕਿਹਾ ਤਾਂ ਕਾਮਰੇਡ ਬੈਠਾ ਸੀ ਮੂਹਰੇ ਵਿੱਚ, ਕਾਮਰੇਡ ਕਹਿੰਦਾ ਵੀ ਬਾਬਾ ਜੀ ਪ੍ਰਵਚਨ ਤੁਹਾਡੇ ਬੜੇ ਸੋਹਣੇ ਆ, ਤਾਂ ਮੈਂ ਇੱਕ ਵਚਨ ਕਰਨਾ ਚਾਹੁੰਦਾ ਸੀ ਜੇ ਆਗਿਆ ਹੋਵੇ ਤਾਂ। ਕਹਿੰਦੇ ਜੀ ਕਰੋ। ਕਹਿੰਦੇ ਜੀ ਜਿਹੜਾ ਹੁਣ ਤੁਸੀਂ ਮਾਈਕ 'ਚ ਬੋਲੀ ਜਾਂਦੇ ਹੋ ਵੀ ਸਾਇੰਸ ਨੇ ਬੇੜਾ ਗਰਕ ਕਰਤਾ, ਇਹ ਕਿਹਨੇ ਬਣਾਇਆ? ਕਹਿੰਦਾ ਜੀ ਸਾਇੰਸ ਨੇ। ਜਿਹੜਾ ਆਹ ਸਾਰੇ ਸਪੀਕਰ ਸਪੂਕਰ ਲੱਗੇ ਨੇ, ਆਵਾਜ਼ ਤੁਹਾਡੀ ਉਹ ਪਿੱਛੇ ਤੱਕ ਜਾਂਦੀ ਹੈ, ਇਹ ਕਿਹਨੇ ਬਣਾਇਆ? ਉਹ ਕਹਿੰਦਾ ਜੀ ਸਾਇੰਸ ਨੇ। ਅੱਛਾ ਜਿਹੜੇ ਜਹਾਜ਼ ਦੇ ਵਿੱਚ ਤੁਸੀਂ ਇੰਡੀਆ ਤੋਂ ਆਏ ਹੋ ਇੱਥੇ ਪੈਸੇ ਇਕੱਠੇ ਕਰਨ, ਲਿਫਾਫੇ ਇਕੱਠੇ ਕਰਨ, ਉਹ ਕਿਹਨੇ ਬਣਾਇਆ? ਉਹ ਕਹਿੰਦਾ ਜੀ ਸਾਇੰਸ ਨੇ। ਅਤੇ ਕਹਿੰਦੇ ਫਿਰ ਕਿਉਂ ਸਾਇੰਸ ਨੂੰ ਭੰਡੀ ਜਾਂਦੇ? ਸੋ ਸਾਇੰਸ ਨੂੰ ਭੰਡਣਾ ਨਹੀਂ ਹੈਗਾ, ਸਾਇੰਸ ਨੇ ਬਹੁਤ ਵਧੀਆ ਕੰਮ ਵੀ ਕੀਤੇ ਨੇ, ਬਹੁਤ ਵਧੀਆ ਯੁੱਗ ਜਿਹੜਾ ਹੈਗਾ ਸਾਇੰਸ ਨੇ ਬਹੁਤ ਵਧੀਆ ਕਰਤਾ। ਵੈਸੇ ਤਾਂ ਜਿਹੜਾ ਪਹਿਲਾਂ ਜਦੋਂ ਨਹੀਂ ਸੀ ਹੁੰਦੇ ਫੋਨ ਘੜੀਆਂ, ਅਤੇ ਉਦੋਂ ਸਭ ਕੋਲ ਟਾਈਮ ਹੁੰਦਾ ਸੀ, ਜਦੋਂ ਘੜੀਆਂ ਨਹੀਂ ਹੁੰਦੀਆਂ ਸੀ ਉਦੋਂ ਸਭ ਕੋਲ ਟਾਈਮ ਹੁੰਦਾ ਸੀ। ਹੁਣ ਘੜੀਆਂ ਮਹਿੰਗੀਆਂ ਤੋਂ ਮਹਿੰਗੀਆਂ ਹੈਗੀਆਂ, ਟਾਈਮ ਕਿਸੇ ਕੋਲ ਨਹੀਂ ਹੈਗਾ। ਕੰਪਿਊਟਰ ਉਹਨਾਂ ਨੇ ਬਣਾਏ ਸੀ, ਫੋਨ ਉਹਨਾਂ ਨੇ ਬਣਾਏ ਸੀ, ਬੰਦੇ ਦਾ ਟਾਈਮ ਬਚੇ ਵੀ, ਜਿਹੜਾ ਕੰਮ 4 ਦਿਨਾਂ 'ਚ ਹੁੰਦਾ ਉਹ 1-2 ਦਿਨ 'ਚ ਹੋ ਜਾਵੇ, ਤਾਂ ਇਹਨੇ ਕੰਪਿਊਟਰ ਬਣਾਇਆ ਸੀ। ਇਹ ਨਹੀਂ ਸੀ ਪਤਾ ਵੀ ਇਹ ਫੋਨ ਜਿਹੜਾ ਬਣਾਇਆ ਟਾਈਮ ਬਚਾਉਣ ਵਾਸਤੇ, ਬੰਦਾ ਸਾਰਾ ਟਾਈਮ ਹੀ ਇਹ 'ਤੇ ਲਾਊਗਾ। ਚਲੋ ਮੁੱਕਦੀ ਗੱਲ ਜੀ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰਾਂਗੇ, ਕਾਲਾਂ ਤੁਹਾਡੀਆਂ ਆਉਣੀ ਸ਼ੁਰੂ ਹੋ ਗਈਆਂ। ਬ੍ਰੇਕ ਤੋਂ ਬਾਅਦ ਕਾਲਾਂ ਦੀ ਅਸੀਂ ਪਿੰਡਾਂ ਦੇ ਵਿੱਚ ਚੱਲ ਜਾਣਾ ਕਿ ਪਿੰਡਾਂ ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਹਾਂ। ਮੈਂ ਜਿਹੜੀ ਜਾਣਕਾਰੀ ਵਾਸਤੇ ਆਪਣੀ ਵਾਸਤੇ ਸਾਡੇ ਦਰਸ਼ਕਾਂ ਵਾਸਤੇ ਚਾਹੁੰਦਾ ਕਿ ਪਿਤਾ ਪੁਰਖੀ ਕਾਰੋਬਾਰ ਕਿਹੜੇ ਕਿਹੜੇ ਹੁੰਦੇ ਸੀ ਪਿੰਡਾਂ ਦੇ, ਇਹ ਜ਼ਰੂਰ ਜਾਣਕਾਰੀ ਸਾਨੂੰ ਦਿਓ। ਪਰ ਫਿਲਹਾਲ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਫਟਾਫਟ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਜਾਣਦੇ ਹਾਂ ਕਿਹੜੇ ਕਿਹੜੇ ਪਿੰਡਾਂ ਦੇ ਕਿੱਤੇ ਹੁੰਦੇ ਸੀਗੇ, ਜਿਹੜੇ ਪੇਂਡੂ ਕਿੱਤੇ ਖੇਤੀਬਾੜੀ ਤੋਂ ਬਿਨਾਂ ਕਿਹੜੇ ਕਿਹੜੇ ਹੁੰਦੇ ਸੀ, ਜਾਂ ਹੋਰ ਕੀ ਮਾਹੌਲ ਹੁੰਦਾ ਸੀ ਪਿੰਡਾਂ ਦਾ ਕਾਫੀ ਸਮਾਂ ਪਹਿਲਾਂ। ਸੋ ਕਾਲਾਂ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਧੀਰ ਸਾਹਿਬ। ਹਾਂਜੀ
हाँ जी दिग्गी जी सत श्री अकाल जी, सत श्री अकाल, स्वागत जी। हाँ जी, की कहना चाहुंदे जी? कि मैं क्या पिंडां दीआं यादां ताज़ा करिए जी, सांझियां करिए, पसंद करदे ने दर्शक। हाँ जी हाँ जी, इहदे नाल सानूं पिंडां दी वी याद आ जांदी आ। ਤੇ ਮੈਂ ਪਹਿਲੀ ਗੱਲ ਤਾਂ ਇਹ ਕਰਨੀ ਚਾਹੁੰਦਾ, ਜਿਹੜਾ ਤੁਸੀਂ ਲੋਹਾਰਾ ਕੰਮ ਬਾਰੇ ਗੱਲ ਕੀਤੀ ਸੀ, ਜਿਹੜੀ ਉਹ ਭੱਠੀ ਚ ਪਾਇਆ ਜਾਂਦਾ ਸੀ ਨਾ, ਉਹ ਲੋਹਾ ਉਹਨੂੰ ਆਇਰਨ ਕਹਿੰਦੇ ਹੁੰਦੇ ਸੀ। ਆਇਰਨ ਅਗਲੈਰਨ ਆਇਰਨ ਹੈ ਨਾ। ਹਾਂ ਜੀ, ਉਹਨੂੰ ਇਹ ਕਹਿੰਦੇ ਹੁੰਦੇ ਸੀ। ਉਹਦੇ ਵਿੱਚ ਹੀ ਖੁਰਪਾ ਦਾਤੀ ਤੇ ਜੋ ਵੀ ਮਤਲਬ ਜਿਹੜੇ ਹਲ ਦੇ ਮੂਹਰੇ ਲੱਗਿਆ ਹੁੰਦਾ ਸੀ ਉਹਨੂੰ। ਹਾਂਜੀ, ਮੁੰਨਾ ਨਹੀਂ, ਹਲ ਦੇ ਮੂਹਰੇ ਜਿਹੜਾ ਲੋਹੇ ਦਾ ਹੁੰਦਾ ਸੀ। ਹਾਂਜੀ ਹਾਂਜੀ ਹਾਂਜੀ, ਉਹ ਵੀ ਉਹਦੇ ਵਿੱਚ ਭੱਠੀ ਚ ਢਾਲ ਕੇ ਉਹ ਬਣਾਇਆ ਜਾਂਦਾ ਸੀ। ਉਹਨੂੰ ਲੋਹੇ ਕੁੱਟ ਕੇ ਗਰਮ ਕਰਕੇ ਉਹ ਫਿਰ ਬਣਾਇਆ ਜਾਂਦਾ ਸੀ। ਅਸੀਂ ਛੋਟੇ ਹੁੰਦੇ ਸੀ ਉਹ ਲੋਹਾਰਾਂ ਦੀ ਭੱਠੀ ਕੋਲ ਖੜ ਕੇ ਦੇਖਦੇ ਹੁੰਦੇ ਕਿਵੇਂ ਉਹ ਅੱਗ ਉਹ ਬਾਲਦੇ ਨੇ ਤੇ ਉਹਦੇ ਵਿੱਚ ਗਰਮ ਕਰਦੇ ਨੇ। ਤੇ ਤੁਸੀਂ ਹਾਂਜੀ, ਕਿੰਨੀ ਕੁ ਦੇਰ ਪਹਿਲਾਂ ਇਹ ਚੀਜ਼ਾਂ ਖਤਮ ਹੋ ਗਈਆਂ ਪੰਜਾਬ ਚੋਂ ਲੱਗਦਾ ਆਪਣੇ ਪਿੰਡਾਂ ਚੋਂ? ਇਹ ਖਤਮ ਹੋ ਗਈਆਂ ਜੀ ਕੋਈ 1974-75 ਦੇ ਦਹਾਕੇ ਦੇ ਵਿੱਚ ਖਤਮ ਹੋ ਗਈਆਂ। ਅੱਛਾ, ਹੁਣ ਇਹ ਲੁਹਾਰਾ ਕੰਮ ਕਿਉਂ, ਜਿਹੜੇ ਮੈਂ ਇੱਕ ਜਾਤ ਦੀ ਗੱਲ ਕਰਦਾ, ਲੁਹਾਰਾ ਕੰਮ ਨੂੰ ਕਿਉਂ ਨੀ ਲੁਹਾਰ ਪਸੰਦ ਕਰਦੇ, ਕਿਉਂਕਿ ਟਰੈਕਟਰ ਆ ਗਏ। ਹਾਂਜੀ, ਟਰੈਕਟਰ ਜਿਹੜੇ ਆ ਉਹ ਫੈਕਟਰੀਆਂ ਚ ਬਣਦੇ ਨੇ। ਹਾਂਜੀ, ਤੇ ਫਿਰ ਉਹਨਾਂ ਦੇ ਜਿਹੜੇ ਟਰੈਕਟਰ ਦੇ ਜਿਹੜੇ ਔਜ਼ਾਰ ਨੇ ਮਤਲਬ ਇੰਸਟਰੂਮੈਂਟ ਨੇ ਜਿਹੜੇ ਉਹ ਵੀ ਸਾਰੇ ਫੈਕਟਰੀਆਂ ਚ ਬਣਦੇ ਨੇ। ਬਿਲਕੁਲ ਜੀ, ਜਿਵੇਂ ਕੋਈ ਐਕਸਲ ਆ ਜਾਂ ਟਾਇਰ ਆ, ਸਟੀਅਰਿੰਗ ਆ, ਕੁਛ ਵੀ ਆ, ਇੰਜਣ ਆ, ਉਹ ਵੀ ਬਣਦੇ ਆ। ਹਾਂ, ਉਹਨਾਂ ਨੂੰ ਠੀਕ ਕਰਨ ਵਾਸਤੇ ਵੀ ਸਪੈਸ਼ਲ ਮਿਸਤਰੀ ਚਾਹੀਦੇ ਆ ਅੱਜ ਕੱਲ ਤਾਂ। ਪਹਿਲਾਂ ਅੱਛਾ, ਉਹ ਇੱਕ ਖਰਾਦੀਆ ਹੁੰਦਾ ਸੀ ਪਿੰਡ ਦੇ ਵਿੱਚ, ਖਰਾਦੀਆ ਵੀ ਹੁੰਦਾ ਸੀ। ਹਾਂਜੀ ਹਾਂ, ਖਰਾਦੀਆ ਵੀ ਹੁੰਦਾ ਸੀ। ਅੱਜ ਕੱਲ ਖਰਾਦ ਵਾਲਾ ਕੰਮ ਤਾਂ ਖਤਮ ਹੀ ਹੋ ਗਿਆ, ਖਰਾਦ ਕੋਈ ਨਵੇਂ ਨਵੇਂ ਪੁਰਜੇ ਪਾਉਂਦੇ ਨੇ, ਅੱਗੇ ਪੁਰਜਾ ਰਿਪੇਅਰ ਕਰਕੇ ਖਰਾਦ ਤੇ ਉਹ ਵੀ ਪਾਉਂਦੇ ਹੁੰਦੇ ਸੀ। ਹਾਂ, ਮੈਂ ਲੁਧਿਆਣੇ ਫੈਕਟਰੀ 'ਚ ਦੇਖਿਆ ਕਈ ਲੋਕ ਖਰਾਦ ਦਾ ਕੰਮ ਕਰਦੇ। ਆਪਣੇ ਇੰਗਲੈਂਡ ਦੇ ਵਿੱਚ ਜਦੋਂ ਪਹਿਲਾਂ ਸ਼ੁਰੂ 'ਚ ਪੰਜਾਬੀ ਆਏ ਨਾ ਜੀ, ਤੇ ਉਹ ਵੀ ਇੰਗਲੈਂਡ ਦੇ ਵਿੱਚ ਆ ਕੇ ਖਰਾਦਾਂ ਦੇ ਵਿੱਚ ਹੀ ਕੰਮ ਕਰਦੇ ਰਹੇ, ਬਹੁਤ ਕੰਮ ਕਰਦੇ ਸੀ ਇੰਗਲੈਂਡ ਦੇ ਵਿੱਚ ਵੀ। ਅੱਛਾ, ਹੁਣ ਜਿਹੜਾ ਹੱਡ ਹਰਾਮੀ ਵੀ ਸਹੀ ਗੱਲ ਆ, ਕੰਮ ਤਾਂ ਕਰਨਾ ਚਾਹੀਦਾ। ਹੁਣ ਉਹੀ ਪੰਜਾਬੀ ਇੱਥੇ ਆ ਕੇ ਦੇਖੋ ਕਿਵੇਂ ਕੰਮ ਕਰਦੇ ਨੇ। ਹਾਂਜੀ, ਨਹੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਤਾਂ ਕਹਿੰਦੇ ਵੀ ਸਰਕਾਰਾਂ ਨੇ ਚੋਗੇ ਤੇ ਲਾ ਰੱਖਿਆ ਤੇ ਉਹ ਉਨੇ ਕੁਛ ਖੁਸ਼ ਨੇ ਤੇ ਉਹ ਚੱਲੀ ਚੁੱਲੀ ਜਾਂਦਾ ਬਸ ਕੰਮ। ਸਰਕਾਰਾਂ ਵੀ ਔਰ ਜਿਹੜਾ ਇੱਥੋਂ ਪੈਸਾ ਵੀ ਜਾਂਦਾ ਨਾ, ਅਸੀਂ ਤਾਂ ਇੱਥੇ ਫੈਕਟਰੀਆਂ 'ਚ ਧੰਦ ਪਿੜਦੇ ਹਾਂ ਜਾਂ ਸਖ਼ਤ ਮਿਹਨਤ ਕਰਦੇ ਹਾਂ, ਮੌਜਾਂ ਉਹ ਲੈਂਦੇ ਨੇ ਸਾਡੇ ਪੈਸਿਆਂ ਦੇ ਨਾਲ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ। ਅਸਲੀ ਕੈਨੇਡਾ ਅਮਰੀਕਾ ਤੋਂ ਉਹਨਾਂ ਦਾ ਜੀ ਫਿਰ ਅਸਲੀ ਉਹੀ ਉਹਨਾਂ ਦਾ ਕੈਨੇਡਾ। ਕੱਪੜੇ ਵੀ ਜਦੋਂ ਜਾਂਦੇ ਆ, ਕੱਪੜੇ ਵੀ ਉਹਨਾਂ ਨੂੰ ਮਿਲ ਜਾਂਦੇ ਨੇ, ਸਭ ਕੁਝ ਮਿਲ ਜਾਂਦਾ ਤੇ ਪੈਸਾ ਵੀ ਮਿਲ ਜਾਂਦਾ ਤੇ ਹੋਰ ਚੀਜ਼ਾਂ ਵੀ, ਗਹਿਣਾ ਲੱਤਾਂ ਵੀ ਸਭ ਕੁਝ ਮਿਲ ਜਾਂਦਾ। ਹਾਂਜੀ, ਤੇ ਇਸ ਕਰਕੇ ਉਹਨਾਂ ਹੱਡ ਹਰਾਮੀ ਪੈ ਗਈ। ਤੇ ਹੱਡ ਹਰਾਮੀ ਇੱਕ ਤਾਂ ਜਿਹੜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਨਸ਼ੇ। ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਸ਼ਰਾਬ ਤੁਹਾਨੂੰ ਜਿਹੜੀ ਆ ਨਾ, ਇਹ ਵੀ ਹੱਡ ਹਰਾਮੀ ਪਾਉਂਦੀ ਆ। ਦੂਜੇ ਨਸ਼ੇ ਨੇ ਉਹ ਵੀ ਹੱਡ ਹਰਾਮੀ ਪਾਉਂਦੇ ਨੇ। ਸ਼ਰਾਬ ਪੀ ਕੇ ਬੰਦਾ ਜਾਂ ਗੁੱਟ ਹੋ ਜਾਵੇ ਤਾਂ ਨਸ਼ੇ ਦੇ ਵਿੱਚ ਟੱਲੀ ਹੋ ਟੱਲੀ ਹੋ ਜਾਵੇ, ਉਹ ਵੀ ਮੁੱਢੇ ਮੁੱਢੇ ਪੈਂਦਾ ਤੇ ਉਹ ਕੰਮ ਕੀ ਕਰੂਗਾ ਫਿਰ। ਇਹਦੇ ਤੋਂ ਇਲਾਵਾ ਨਾ ਜੀ, ਜਦੋਂ ਅਸੀਂ ਕੰਮ ਨਹੀਂ ਕਰਦੇ ਸੀ ਆਪਦੇ ਘਰ ਦੀ ਗੱਲ ਕਰ ਲਈਏ, ਤੇ ਇਹ 4-10 ਦਿਨ ਜੇ ਵਿਹਲੇ ਹਾਂ ਤੇ ਫਿਰ ਉਹ ਸਰੀਰ ਨਿਟਾਲ ਜਿਹਾ ਹੋ ਜਾਂਦਾ। ਫਿਰ ਉਹਦਾ ਵੀ ਪੈਰ ਉੱਠ ਕੇ ਕੀ ਕਰਨਾ, ਕਿਹੜਾ ਕੋਈ ਕੰਮ ਆ, ਪੈਰ ਉਹ ਤੋਂ ਉਹਦੀਆਂ ਬਿਮਾਰੀਆਂ ਲੱਗ ਜਾਂਦੀਆਂ ਉਹਨੂੰ। ਹਾਂਜੀ ਹਾਂਜੀ, ਮੈਂ ਤੁਹਾਨੂੰ ਆਪਣੇ ਫਾਦਰ ਦੀ ਗੱਲ ਦੱਸਦਾ। ਮੇਰੇ ਫਾਦਰ ਹੁਣੀ ਬਹੁਤ ਕੰਮ ਕਰਦੇ ਸੀ। ਕਾਹਦਾ ਸੀ? ਉਹਨਾਂ ਨੇ ਛੰਨਾ ਛੰਨਾ ਭਰ ਕੇ ਨਾ ਪੂਰਾ ਘਿਓ ਦਾ ਪੀ ਜਾਂਦੇ ਸੀ ਉਹ। ਹਾਂਜੀ, ਅੱਛਾ ਵਾਹ ਜੀ ਦੇਖ ਲਓ। ਹਾਂਜੀ, ਇੰਨੀ ਤਾਕਤ ਹੁੰਦੀ ਸੀ। ਫਿਰ ਉਹਨਾਂ ਨੇ ਖੇਤੀ ਵੀ ਕਰਨੀ ਸੋਹਣੇ, ਫਿਰ ਲੁਧਿਆਣੇ ਜਾਣਾ, ਉੱਥੇ ਵੀ ਕੰਮ ਕਰਦੇ ਸੀ ਤੇ ਉਹ ਫਿਰ ਮੁੜ ਕੇ ਆਉਣਾ ਸਾਰੇ। ਬਸ ਉਹ ਵਿਹਲੇ ਕਦੇ ਬੈਠਦੇ ਹੀ ਨਹੀਂ ਸੀ, ਪੁਰਾਣੇ ਬਜ਼ੁਰਗ। ਚਲੋ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹਾਂਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਨਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਚਲੋ ਮੈਂ ਜੋ ਕੁਛ ਮੈਂ ਦੇਖਿਆ ਤੁਹਾਡੇ ਉਹ ਤੋਂ ਖੂਹ ਆ, ਹਾਲਟ ਵੀ ਚਲਾਇਆ। ਹਾਲਟ ਕਿਹੜਾ ਹੁੰਦਾ? ਹਾਲਟ ਖੂਹ ਆਪਣੇ ਜਿੱਦਾਂ ਹਾਲਟ ਚਲਾਉਂਦੇ ਹੁੰਦੇ, ਉਹ ਵੀ ਚਲਾਇਆ। ਜਿੱਦਾਂ ਸਿੰਗਲ ਬਲਦ ਵਾਲੇ ਨੂੰ ਕਹਿੰਦੇ ਹਾਲਟ? ਨਹੀਂ ਨਹੀਂ ਡਬਲ ਡਬਲ ਹੀ ਹੁੰਦੇ ਸੀਗੇ। ਹਾਂਜੀ, ਖੂਹ ਹੁੰਦੇ ਸੀ ਆਪਣੇ, ਤੇ ਹਲ ਵੀ ਵਾਹਿਆ ਤੇ ਹਲ ਪਾਉਂਦੇ ਹੁੰਦੇ ਸੀਗੇ ਉਹਨਾਂ ਦੇ, ਜਿੱਦਾਂ ਮੋਹਰੇ ਹੁੰਦੇ ਹੀ ਘੱਜ ਜਾਂਦੇ ਸੀ ਆਪਣੇ ਮੋਹਰਿਓ, ਤੇ ਉਹ ਫਿਰ ਦਾਤੀਆਂ ਲੰਬੇ ਤੇ ਉਹਨੂੰ ਫਲਾ ਸਾਦੇ ਨਹੀਂ, ਉਹਦੇ ਕੀ ਸਾਦੇ ਹੁੰਦੇ ਸੀ ਉਹਨੂੰ ਫਿਰ ਇਕੱਠੇ ਲੈ ਕੇ ਜਾਣੇ। ਹਾਂਜੀ ਹਾਂਜੀ, ਸੁਹਾਗ ਉਹ ਫਿਰ, ਹਾਂਜੀ ਹਾਂਜੀ, ਉਹ ਫਿਰ ਤਿੱਖੇ ਖਰਾ ਕੇ ਲਿਆਉਣੇ ਸਾਰੇ। ਉਹ ਆਪਣੇ ਤਰਖਾਣ ਹੁੰਦੇ ਸੀਗੇ, ਸੇਕੀ ਤੇ ਕੰਮ ਕਰਦੇ ਹੁੰਦੇ ਵਿਚਾਰੇ ਸਾਰੇ। ਤੇ ਫਿਰ ਉਹਦਾ ਮੇਰੇ ਖਿਆਲ ਹਾੜੀ ਸੋਹਣੀ ਹੁੰਦਾ ਸੀਗਾ ਸੁਹਾਗ ਤਾਂ। ਹਾਂ, ਹਾੜੀ ਸੋਹਣੀ ਜੀ ਆਉਂਦੇ ਹੁੰਦੇ ਸੀਗੇ।
ਜਿੱਦਾਂ ਜਿੰਨਾ ਸਾਰਾ ਸਾਲ ਕੰਮ ਕਰੀ ਜਾਣਾ ਹਾੜੀ ਸੋਹਣੀ ਜੋ ਉਹਨਾਂ ਨੂੰ ਮਿਲਦਾ ਸੀਗਾ ਉਹਦੇ ਹਿਸਾਬ ਨਾਲ ਘਰ ਪੰਡੇ ਹੁੰਦੇ ਹੋਣੀ ਆਪਸ ਵਿੱਚ ਬਈ ਇਹਨਾਂ ਦਾ ਕੰਮ ਇਹ ਕਰਨਾ ਇਹਨਾਂ ਦਾ ਕੰਮ ਇਹ ਕਰਨਾ ਹਾਂਜੀ ਹਾਂਜੀ ਮਨਜੀਤ ਸਿੰਘ ਜੀ ਹੈਲੋ ਹਾਂਜੀ ਹਾਂਜੀ ਸਰ ਜੀ ਹਾਂਜੀ ਸੋਰੀ ਆਪਣੀ ਆਪਣੀ ਕਿਸਮਤ ਆ ਮੈਂ ਹਲੇ ਦਸ ਸਾਲ ਦਾ ਹੀ ਮੈਨੂੰ ਫਾਦਰ ਨੇ ਜੋੜ ਲਿਆ ਕੁਦਰਤੀ ਸਿਹਤ ਵੀ ਚੰਗੀ ਸੀਗੀ ਤੇ ਮੈਂ 16ਵੇਂ ਕਲਾਸ ਚ ਬਾਅਦ ਅਮੈਰੀਕਾ ਚ ਆ ਗਿਆ ਸੀਗਾ ਤੇ ਹੁਣ ਬੜਾ ਯਾਦ ਆਉਂਦਾ ਮੈਂ ਕੰਮ ਇੰਨਾ ਅਸੀਂ ਕੀਤਾ ਡੈਡੀ ਹੁਣਾਂ ਦਾ ਸਾਰਾ ਕੁਛ ਕੰਮ ਕਰਦੇ ਰਹੇ ਆ ਤੇ ਉਦੋਂ ਜਿੱਦਾਂ ਹੁਣ ਦੇ ਨਿਆਣੇ ਆ ਸਾਡੇ ਪਿੰਡ ਚ ਮੈਂ ਦੂਜੇ ਪਾਸੇ ਪਿੰਡ ਦਾ ਪਤਾ ਨੀ ਹੁੰਦਾ ਸੀ ਕਿੱਥੇ ਕੌਣ ਰਹਿੰਦੇ ਕੌਣ ਨਹੀਂ ਇੰਨੇ ਕੰਮਾਂ ਚ ਬੀਜ ਹੁੰਦੇ ਹੁਣ ਤਾਂ ਨਿਆਣੇ ਸਾਰਾ ਦਿਨ ਮੋਟਰਸਾਈਕਲ ਘੁੰਮੀ ਜਾਂਦੇ ਆ ਨਾ ਕੋਈ ਕੰਮ ਕਰਦਾ ਨਾ ਹੋਰ ਕੁਛ ਹੁਣ ਪਤਾ ਨੀ ਜ਼ਿਆਦਾ ਕਿੱਦਾਂ ਕਰ ਹੋਣਾ ਗਾਂ ਕੀ ਹੋਣਾ ਥੈਂਕ ਯੂ ਜੀ ਥੈਂਕ ਯੂ ਬਹੁਤ ਮਿਹਰਬਾਨੀ ਹੈਲੋ ਹੈਲੋ ਹਾਂਜੀ ਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਹ ਸੁੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੱਲੀ ਜਾਂਦਾ ਤੁਹਾਡੇ ਏਰੀਏ ਚ ਸੀ ਮੈਂ ਟਾਈਮ ਸਿਰ ਹੀ ਪਹੁੰਚਿਆ ਪ੍ਰੋਗਰਾਮ ਦੇ ਵਾਪਸ ਉਧਰ ਹੀ ਗੇੜਾ ਗੁੜਾ ਸੀਗਾ ਕੋਠੀਆਂ ਦਾ ਸਭ ਕੁਛ ਕੀਤਾ ਇਹ ਤੇ ਹੁਣ ਤਾਂ ਪੰਜਾਬ ਦਾ ਨਕਸ਼ਾ ਬਦਲ ਗਿਆ ਹੁਣ ਤੇ ਚਲੋ ਬਦਲਾਅ ਆਉਣਾ ਹੁੰਦਾ ਆ ਹੁਣ ਦੁਨੀਆਂ ਦਾ ਦਸਤੂਰ ਆ ਬਦਲਾਅ ਤਾਂ ਆਉਣਾ ਹੋਣਾ ਪਰ ਫਿਰ ਵੀ ਏਦਾਂ ਯਾਦ ਗਾਹੇ ਵਗਾਹੇ ਕਰਦੇ ਰਹੀਏ ਚੀਜ਼ਾਂ ਤਾਂ ਥੋੜਾ ਜਿਹਾ ਲੰਬਾ ਸਮਾਂ ਚੱਲ ਜਾਂਦੀਆਂ ਉਹ ਪਤਾ ਰਹਿੰਦਾ ਹੁਣ ਅਸੀਂ ਜਦੋਂ ਪੁਰਾਣੀਆਂ ਚੀਜ਼ਾਂ ਦੇ ਨਾਂ ਬਣਾਉਣਾ ਕੁਛ ਜੇ 2 ਮਿੰਟ ਟਾਈਮ ਹੈਗਾ ਹਾਂਜੀ 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 ਕਹਿੰਦਾ ਤਾਰਾ ਵੀ ਆ ਕਿਹਨੂੰ ਤੇ ਰਸੌਂਟ ਕਿਹਨੂੰ ਕਹਿੰਦੇ ਨੇ ਲਾਣਾ ਕਿਹਨੂੰ ਆਖਦੇ ਤੇ ਔਂਤ ਕਿਹਨੂੰ ਕਹਿੰਦੇ ਨੇ ਕੁੰਡੀ ਦੀ ਨਮੋਖੀ ਤੇ ਫਤੂਰ ਦੱਸਿਓ ਇਹ ਬੱਚਿਆਂ ਨੂੰ ਲਾਹ ਜ਼ਰੂਰ ਦੱਸਿਓ ਹੁੰਦਾ ਕੀ ਇਹ ਬਰੂ ਅਤੇ ਪੋਰੀ ਕਿਹਨੂੰ ਕਹਿੰਦੇ ਨੇ ਲੋਕਾਂ ਕਿਹਨੂੰ ਆਖਦੇ ਤੇ ਬੋੜੀ ਕਿਹਨੂੰ ਕਹਿੰਦੇ ਨੇ ਢੇਕ ਲਤੂਗਾ ਤੇ ਫਤੂਰ ਦੱਸਿਓ ਇਹ ਬੱਚਿਆਂ ਨੂੰ ਲਾਹ ਜ਼ਰੂਰ ਦੱਸਿਓ ਕੁੰਡੀ ਕੀ ਸਰੰਗ ਤੇ ਸਰਾਂਭਾ ਕਿਹਨੂੰ ਕਹਿੰਦੇ ਨੇ ਵਡਿਆਈ ਕੀ ਹੁੰਦੀ ਤੇ ਅਲਾਂਭਾ ਕਿਹਨੂੰ ਕਹਿੰਦੇ ਨੇ ਨਰਾਇਣਾ ਦੁੱਧ ਵਿਚੇ ਜਮੂਰ ਦੱਸਿਓ ਇਹੋ ਬੱਚਿਆਂ ਨੂੰ ਲਾਹੀ ਜ਼ਰੂਰ ਦੱਸਿਓ ਲਾਂਗਾ ਵੀ ਨੂੰ ਆਖਦੇ ਤੇ ਘੋੜੀ ਕਿਹਨੂੰ ਕਹਿੰਦੇ ਨੇ ਚੋਬਰ ਕਿਹਨੂੰ ਆਖਦੇ ਤੇ ਘੋੜੀ ਕਿਹਨੂੰ ਕਹਿੰਦੇ ਨੇ ਹੁੰਦਾ ਵੀ ਜਵਾਨੀ ਦਾ ਸਰੂਰ ਦੱਸਿਓ ਇਹ ਲਾਓ ਜੋ ਬੱਚਿਆਂ ਨੂੰ ਜ਼ਰੂਰ ਦੱਸਿਓ ਢਾਜੂ ਕਿਹਨੂੰ ਆਖਦੇ ਤਰੋਜਾ ਕਿਹਨੂੰ ਕਹਿੰਦੇ ਨੇ ਚੋਗਾ ਕਿਹਨੂੰ ਕਹਿੰਦੇ ਆ ਬਰੂਜਾ ਕਿਹਨੂੰ ਕਹਿੰਦੇ ਨੇ ਹੁੰਦਾ ਕੀ ਤੇਵਰ ਦੇ ਘੂੜ ਦੱਸਿਓ ਨਾਨਕੇ ਪਤਿਆਸੇ ਪਤਿਆਹਰੇ ਦੱਸਿਓ ਕੁੜਮ ਸਰੀਕੇ ਤੇ ਕੇ ਸਹੁਰੇ ਦੱਸਿਓ ਦਾਕਸਾ ਨੱਕ ਸੌਰਮਾ ਦੇ ਮੱਥੇ ਲੱਟ ਦੱਸਿਓ ਪਾਠ ਡਬੂਤਰਾ ਮਰਾਸੀ ਜਾਤ ਨਟ ਦੱਸਿਓ ਸ਼ੰਭ ਟੋਭਾ ਖੂਹ ਸਾਂਭ ਕੇ ਤਲਾਬ ਰੱਖਿਓ ਆਉਂਦੀ ਪੀੜ੍ਹੀ ਜੋ ਸਾਂਭ ਕੇ ਪੰਜਾਬ ਰੱਖਿਓ ਪਿੰਡੂ ਬਾਅਦ ਹਾਸ ਦੇ ਕਾਗਰ ਯਾਰ ਦੱਸਿਓ ਲਾਲ ਦੇ ਜੇ ਗੰਬੂ ਕਰਪਾਲ ਜਿਹੇ ਦਲਾਰ ਦੱਸਿਓ ਪਟਣਾ ਚਮਕੌਰ ਸਰਹੰਦ ਮਾਛੀ ਬਾੜਾ ਦੱਸਿਓ ਚੰਜ ਕੋਸੀ ਬਾਗੀ ਦੇ ਅਖਾੜਾ ਦੱਸਿਓ ਸੰਭਰਾਓ ਮੁੱਲ ਕੀ ਖੇਤੇ ਖਦਰਾਣਾ ਢਾਬ ਰੱਖਿਓ ਆਉਂਦੀ ਪੀੜ੍ਹੀ ਜੋ ਸਾਂਭ ਕੇ ਪੰਜਾਬ ਰੱਖਿਓ ਸੋਹਣੀ ਕਹਾਣੀ ਸਾਥੀ ਜਾਂ ਬਾਤ ਦੱਸਿਓ ਤਰਕਾਲਾ ਲੋਹਦਾ ਮੂੰਹ ਹਨੇਰਾ ਪ੍ਰਭਾਤ ਦੱਸਿਓ ਕਹੀ ਰੰਬੀ ਤੰਗਲੀ ਜਿੰਦਾ ਸਰੰਗ ਦੱਸਿਓ ਪੀੜੀ ਮੰਜਾ ਮੂੜਾ ਤੇ ਪਲੰਗ ਦੱਸਿਓ ਸਾਂਭ ਚੂਰੀ ਤੀਰ ਘੜਾ ਪੱਟ ਦਾ ਕਬਾਬ ਰੱਖਿਓ ਆਉਂਦੀ ਪੀੜੀ ਜੋ ਸਾਂਭ ਕੇ ਪੰਜਾਬ ਰੱਖਿਓ ਸੱਤਾ ਪੱਠੋਂ ਤੇ ਪੂਰੇ ਦੀ ਪੌਣ ਦੱਸਿਓ ਦੁੱਲਾ ਜੱਗਾ ਜੀਵਣਾ ਸਨ ਕੌਣ ਦੱਸਿਓ ਬਲੋਟਾ ਸ਼ਿਕੂ ਕੂਣੀ ਖੱਡੀ ਤਾਣੀ ਦੱਸਿਓ ਜਪ ਰਹਿ ਰਾਸ ਦੁੱਲਾ ਅਨਬਾਣੀ ਦੱਸਿਓ ਲੋਹਾ ਪੱਖੜਾ ਸੂਲਾ ਸਾਂਭ ਕੇ ਗੁਲਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਪੰਜਾਬ ਰੱਖਿਓ
ਲੰਬੀ ਆ ਕਵਿਤਾ ਬਸ ਕਰੀਏ ਨਹੀਂ ਹਾਂ ਬਾਕੀ ਫਿਰ ਆਪਾਂ ਅਗਰੀਵੀਅਰ ਕਰ ਲਾਂਗੇ ਬਹੁਤ ਮਿਹਰਬਾਨੀ ਬੜੀ ਵਧੀਆ ਕਵਿਤਾ ਹੈਗੀ ਇਹ ਪਾਕਿਸਤਾਨੀ ਕਿਸੇ ਉਹਨਾਂ ਨੇ ਵੀ ਸੁਣਾਈ ਸੀ ਅਤੇ ਇੱਧਰ ਵੀ ਆਪਣੀ ਫਿਰ ਕਈਆਂ ਲੋਕਾਂ ਨੇ ਸੁਣਾਈ ਇਹ ਆ ਜਿੰਦਾ ਜਿੰਦਾ ਲਫ਼ਜ਼ ਜਿੰਦਾ ਲੋਕਾਂ ਨੂੰ ਪਤਾ ਨਹੀਂ ਹੋਣਾ ਜਿੰਦਾ ਕੀ ਹੁੰਦਾ ਸੀ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਤੁਹਾਡੀ ਬਹੁਤ ਮਿਹਰਬਾਨੀ ਬ੍ਰੇਕ ਲੈਣੀ ਪਏਗੀ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੇ ਜਸ ਪੰਜਾਬੀ ਹਾਜ਼ਰ ਜੀ ਬ੍ਰੇਕ ਤੋਂ ਬਾਅਦ ਤੇ ਫਟਾਫਟ ਚੱਲਦੇ ਹਾਂ ਕਾਲਾਂ ਵਾਲੇ ਪਾਸੇ ਕੀ ਵਿਚਾਰ ਨੇ ਤੁਹਾਡੇ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਗਿਆਲ ਸਿੰਘ ਜੀ ਸਵਾਗਤ ਹੈ ਜੀ ਹਾਂਜੀ ਹਾਂ ਮੈਂ ਦੱਸਣ ਲੱਗਾ ਜੀ ਪਹਿਲੋਂ ਮੈਂ ਮੁਕਤਸਰ 'ਚ ਦੱਸ ਦੇਣਾ ਆ ਵੀ ਇਹ ਬਰਾਦਰੀਆਂ ਵੱਖੋ ਵੱਖ ਸੀਗੀਆਂ ਵੱਖੋ ਵੱਖ ਕੰਮ ਸੀ ਉਹਨਾਂ ਦੇ ਮੈਂ ਪਹਿਲੋਂ ਬਰਾਦਰੀਆਂ ਦੇ ਨਾਂ ਦੱਸਣ ਲੱਗਾ ਤੁਹਾਨੂੰ ਰਾਮਗੜੀਆ ਬਰਾਦਰੀ ਸੀ ਜੱਟ ਬਰਾਦਰੀ ਸੀ ਚਮਾਰ ਬਰਾਦਰੀ ਸੀ ਬਾਲਮੀਕ ਬਰਾਦਰੀ ਸੀ ਘੁਮਾਰ ਬਰਾਦਰੀ ਸੀ ਝੀਰ ਬਰਾਦਰੀ ਸੀ ਨਾਈ ਬਰਾਦਰੀ ਸੀ ਪੰਡਿਤ ਬਰਾਦਰੀ ਸੀ ਤੇ ਮਹੰਤ ਬਰਾਦਰੀ ਸੀ ਠੀਕ ਹੈ ਮੈਂ ਤੁਹਾਨੂੰ ਮੁਕਤਸਰ ਦੱਸਣ ਲੱਗਾ ਰਾਮਗੜੀਆ ਅਸੀਂ ਬਰਾਦਰੀ ਹਾਂ ਇਹ ਤਿੰਨ ਕੰਮ ਅਸੀਂ ਕਰਦੇ ਹੁੰਦੇ ਸੀ ਰਾਮਗੜੀਆ ਲੱਕੜ ਦਾ ਕੰਮ ਤੇ ਲੁਹਾਰਾ ਕੰਮ ਤੇ ਇਹ ਮੈਸਨ ਵਰਕ ਇੱਟਾਂ ਦਾ ਕੰਮ ਹਾਂਜੀ ਇਹ ਤਿੰਨੇ ਅਸੀਂ ਕੰਮ ਕਰਦੇ ਸੀਗੇ ਇਹ ਅਸੀਂ ਜਿਹੜੇ ਰਾਮਗੜੀਆ ਬਰਾਦਰੀ ਸੀ ਸਾਰੀਆਂ ਕੌਮਾਂ ਦਾ ਕੰਮ ਇਹ ਕਰਦੇ ਸੀ ਇਹਨਾਂ ਤੋਂ ਬਗੈਰ ਕੋਈ ਕੌਮ ਦਾ ਕੰਮ ਚੱਲਦਾ ਨਹੀਂ ਸੀਗਾ ਨਾ ਜੱਟਾਂ ਦਾ ਨਾ ਚਮਾਰਾਂ ਦਾ ਨਾ ਬਾਲਮੀਕ ਕਿਹਦਾ ਨਹੀਂ ਠੀਕ ਹੈ ਦੂਜੇ ਨੰਬਰ ਜੱਟ ਬਰਾਦਰੀ ਆ ਗਏ ਉਹਨਾਂ ਦਾ ਸਿਰਫ ਕੰਮ ਸੀ ਖੇਤੀਬਾੜੀ ਕਰਨਾ ਫਸਲ ਪੈਦਾ ਕਰਨੀ ਤੇ ਹਰ ਤਰ੍ਹਾਂ ਦੀ ਹਨਾ ਔਰ ਇੱਕ ਇਹਦੇ ਲੱਗੇ ਵਿੱਚ ਚਮਾਰ ਬਰਾਦਰੀ ਆ ਗਏ ਹੈ ਜੀ ਅੱਜ ਕੱਲ੍ਹ ਉਹਨੂੰ ਗੁਰ ਕਹਿੰਦੇ ਆ ਉਹ ਸਿਰਫ ਇਹ ਚਮੜੇ ਪਸ਼ੂਆਂ ਦੇ ਤਾਰ ਨੇ ਜੁੱਤੀਆਂ ਵਗੈਰਾ ਬਣਾਉਣੀਆਂ ਚਮੜੇ ਦਾ ਕੰਮ ਕਰਨਾ ਉਹਨੂੰ ਚਮਾਰ ਕਹਿਣ ਲੱਗ ਪਏ ਇੱਕ ਬਾਲਮੀਕ ਬਰਾਦਰੀ ਹੁੰਦੀ ਸੀ ਉਹ ਸਾਰੇ ਕੰਮ ਕਰਦੇ ਸੀ ਸਫਾਈਆਂ ਦੇ ਤੇ ਬਾਕੀ ਜੱਟਾਂ ਦੇ ਨਾਲ ਜ਼ਿਮੀਂਦਾਰੀ 'ਚ ਵੀ ਹੱਥ ਵਟਾਉਂਦੇ ਸੀਗੇ ਇੱਕ ਹੁੰਦੀ ਸੀ ਘੁਮਾਰ ਬਰਾਦਰੀ ਉਹ ਖੋਤੇ ਰੱਖਦੇ ਸੀਗੇ ਉਹ ਟਰਾਂਸਪੋਰਟ ਦਾ ਕੰਮ ਕਰਦੇ ਸੀਗੇ ਠੀਕ ਹੈ ਇੱਕ ਹੁੰਦੀ ਸੀ ਝੀਰ ਬਰਾਦਰੀ ਉਹ ਸਿਰਫ ਪਾਣੀ ਢੋਂਦੇ ਸੀਗੇ ਤੇ ਵਿਆਹ ਸ਼ਾਦੀ 'ਚ ਸੱਦੇ ਦੇਣੇ ਉੱਪਰਲੇ ਸਾਰੇ ਕੰਮ ਕਰਨੇ ਹਰ ਇੱਕ ਬਰਾਦਰੀ ਦੇ ਉਹ ਇਹ ਕੰਮ ਸੀਗੇ ਇੱਕ ਨਾਈ ਹੁੰਦੇ ਸੀਗੇ ਉਹ ਸਾਰੇ ਕੰਮ ਨਹੁੰ ਕੱਟਣ ਦਾ ਸੱਦੇ ਦੇਣ ਦਾ ਦੂਜੇ ਪਿੰਡਾਂ 'ਚ ਰੁਕੇ ਪਹੁੰਚਾਉਣ ਦਾ ਕੋਈ ਗੱਲ ਹੋਵੇ ਤਾਂ ਤੇ ਬਾਕੀ ਹੋਰ ਨਹੁੰ ਨਾ ਕੱਟਣ ਦਾ ਸਿਰ ਕਿਸੇ ਕੰਮ ਦਾ ਇੱਕ ਹੁੰਦਾ ਪੰਡਤਾਂ ਦਾ ਘਰ ਉਹ ਸਿਰਫ ਲੋਕਾਂ ਨੂੰ ਵਾਰ ਦੱਸਦੇ ਸੀਗੇ ਕਿ ਸੰਗਰਾਂਦ ਕਦੇ ਮੱਸਿਆ ਕਦੋਂ ਪੁੰਨਿਆ ਕਦੋਂ ਕਿਹੜੇ ਗ੍ਰਹਿ ਕਿਹੜੇ ਨਹੀਂ ਚੱਲਦੇ ਇਹ ਉਹਨਾਂ ਦਾ ਕੰਮ ਸੀਗਾ ਇੱਕ ਮਹੰਤ ਬਰਾਦਰੀ ਹੁੰਦੀ ਸੀ ਪਹਿਲੋਂ ਗੁਰੂ ਜਿਹੜੇ ਸਾਡੇ ਗੁਰੂ ਘਰ ਹੁੰਦੇ ਸੀਗੇ ਇਹਨਾਂ ਦੇ ਅੰਡਰ ਹੀ ਹੁੰਦੇ ਸੀਗੇ ਸਾਡੇ ਪਿੰਡ ਮਹੰਤ ਸੇਵਾ ਦਾਸ ਸੀ ਉਹ ਸਾਰੇ ਪਿੰਡਾਂ ਸੀਗੇ ਮਹੰਤ ਠੀਕ ਨੇ ਵੀ ਮਹੰਤ ਹੁੰਦੇ ਸੀਗੇ ਉਹ ਆਮ ਲੋਕਾਂ ਦੇ ਘਰਾਂ 'ਚ ਕੋਈ 300 ਹੋਣਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਉਹਨਾਂ ਦਾ ਵਿਆਹ ਸ਼ਾਦੀ ਹੋਣਾ ਉਹਨਾਂ ਦੇ ਕੋਈ ਹੋਰ ਮਰਗ ਹੋਣਾ ਤੇ ਉਹ ਇਹਨਾਂ ਦੇ ਜੁੰਮੇ ਹੁੰਦਾ ਸੀਗਾ ਜੀ ਇਸ ਤਰ੍ਹਾਂ ਵੰਡਿਆ ਸੀਗਾ ਵੰਡਿਆ ਹੁੰਦਾ ਸੀਗਾ ਤੇ ਹਾਂ ਵੰਡੇ ਸੀਗੇ ਤੇ ਹੁਣ ਹੌਲੀ ਹੌਲੀ ਉਦੋਂ ਹੋਰ ਸਾਧਨ ਹੀ ਕੋਈ ਨੀ ਸੀਗਾ ਨਾ ਬਿਜਲੀ ਸੀ ਨਾ ਟੈਲੀਫੋਨ ਸੀਗੇ ਨਾ ਕੁਛ ਸੀਗਾ ਹਨਾ ਇਸ ਕਰਕੇ ਸਾਰਾ ਕੰਮ ਦਸਤਕਾਰੀ ਹੁੰਦਾ ਸੀ ਹੌਲੀ 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 ਜਵਾਨਾਂ ਤਰੱਕੀ ਕਰ ਗਿਆ ਮਸ਼ੀਨਰੀ ਆ ਗਈ ਸਾਈਕਲ ਆ ਗਏ ਮੋਟਰਸਾਈਕਲ ਆ ਗਏ ਕਾਰਾਂ ਆ ਗਈਆਂ ਟੈਲੀਫੋਨ ਆ ਗਏ ਬਿਜਲੀਆਂ ਆ ਗਈਆਂ ਹੁਣ ਜਾਤ ਬਰਾਦਰੀ ਦੇ ਕੰਮ ਨੀ ਰਹਿ ਗਿਆ ਹੁਣ ਹਰ ਬਰਾਦਰੀ ਦਾ ਹਰ ਕੰਮ ਬੰਦਾ ਕਰ ਸਕਦਾ ਹੈ ਜੀ ਉਹ ਕੰਮ ਨੀ ਰਹਿ ਗਿਆ ਸਾਰੇ ਕੰਮ ਹਰ ਬੰਦਾ ਹੀ ਕਰਦਾ ਚਾਹੇ ਉਹ ਕਿਸੇ ਪਹਿਲੋਂ ਕੰਮ ਵੰਡੇ ਹੋਏ ਸੀਗੇ ਜਿਹੜੀਆਂ ਮੈਂ ਦੱਸੀਆਂ ਬਰਾਦਰੀਆਂ ਕੰਮ ਵੰਡੇ ਹੋਏ ਸੀਗੇ ਬਹੁਤ ਸਹੀ ਦੱਸਿਆ ਜੀ ਤੁਸੀਂ ਬਿਲਕੁਲ ਵਧੀਆ ਜਾਣਕਾਰੀ ਤੁਸੀਂ ਦਿੱਤੀ ਗਿਆਨ ਸਿੰਘ ਜੀ ਬਹੁਤ ਮਿਹਰਬਾਨੀ ਤੁਹਾਡੀ ਅੱਛਾ ਜੀ ਥੈਂਕ ਯੂ ਸਰ ਥੈਂਕ ਯੂ ਬਹੁਤ ਮਿਹਰਬਾਨੀ ਇੱਕ ਬ੍ਰੇਕ ਹੋਰ ਲੈਂਦੇ ਹਾਂ ਫਿਰ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ ਦੇਖਦੇ ਰਹੋ ਜਸ ਪੰਜਾਬੀ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਵੈਸੇ ਮੈਂ ਇੱਕ ਗੀਤ ਵੀ ਛੋਟਾ ਜਿਹਾ ਲਿਆ ਸੀ ਜਿਹਦੇ ਪਿੰਡਾਂ ਦਾ ਪੁਰਾਣਾ ਝਲਕ ਦਿਸਦੀ ਪੂਰੀ ਫੱਟੀਆਂ ਪੋਚ ਕੇ ਪਲਾਈਆਂ ਹੋਈਆਂ ਸੁੱਕਣੇ ਪਾਈਆਂ ਆ ਫਲੇ ਆ ਨਾਲ ਉਹ ਉਡਾਉਂਦੇ ਨੇ ਕਣਕ ਤੰਗਲੀਆਂ ਦੇ ਨਾਲ ਪਰ ਉਹ ਟਾਈਮ ਨਹੀਂ ਲੱਗਣਾ ਕਾਲ ਇੱਕ ਅੱਧੀ ਲੈ ਲੈਂਦੇ ਆਪਾਂ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿ ਖਾਲਸਾ ਵਾਹਿਗੁਰੂ ਫਤਿਹ ਜੀ ਜੀ ਸਰ ਸਵਾਗਤ ਹੈ ਜੱਗੀ ਜੀ ਦੇ ਜਲਵੇ ਜਲਵੇ ਨੇ ਜੀ ਜੀ ਮੈਨੂੰ ਵੀ ਇੱਕ ਗੱਲ ਤੁਸੀਂ ਪੁਰਾਣੀ 1962-63 ਦੀ ਗੱਲ ਹੈ ਜੀ ਤੇ ਮੈਂ ਕਿਉਂਕਿ ਮੇਰਾ ਪਿਛੋਕੜ ਪਿੰਡ ਦਾ ਨਹੀਂ ਹੈਗਾ ਸੀ ਤੇ ਮੈਂ ਕਿਹਾ ਜੱਗੀ ਦੇ ਮੈਂ ਸੁਣਾਂਗਾ ਪਰ ਤੁਸੀਂ ਮੋਟੀਵੇਟ ਕਰਤਾ ਮੈਂ 1962-63 ਚ ਅਖੀਰਲੀ ਵਾਰੀ ਜਿਹੜਾ ਮੇਰਾ ਨਾਨਕਾ ਪਿੰਡ ਸੀ ਜ਼ਮੀਨਾਂ ਵੇਗੀ ਆ ਤੇ ਮੈਂ ਗਿਆ ਉੱਥੇ ਅੱਛਾ ਜੀ ਤੇ ਜਿਵੇਂ ਤੁਸੀਂ ਹੁਣੇ ਦਿਖਾਇਆ ਨਾ ਉਹ ਜਿਹੜਾ ਉਹਦੇ ਵਿੱਚ
ਮੋਟਰਾਂ ਚੱਲਦੀਆਂ ਤੇ ਨਹਾਉਣ ਦਾ ਉਹਦੇ ਚ ਅਲੱਗ ਹੀ ਮਜ਼ਾ, ਅਲੱਗ ਹੀ ਮਜ਼ਾ ਜੀ, ਬਿਲਕੁਲ ਜੀ ਬਿਲਕੁਲ। ਤੇ ਮੈਂ ਆਪਣੇ ਕਜ਼ਨ ਨੂੰ ਆਖਿਆ ਭਾਈ ਮੈਂ ਨਹਾਉਣਾ ਚਾਹੁੰਦਾ, ਉਦੋਂ ਮੋਟਰਾਂ ਲੱਗ ਗਈਆਂ ਸਨ ਤੇ ਬਿਜਲੀ ਚਲੀ ਗਈ, ਨਹਾ ਰਿਹਾ ਸਾ ਬਿਜਲੀ ਚਲੀ ਗਈ। ਅੱਛਾ। ਤੇ ਸ਼ਹਿਰੀ ਮੁੰਡਾ ਤੇ ਜਾ ਕੇ ਨਾ ਜਿਹੜੀ ਮੈਨੂੰ ਪਤਾ ਉਹ ਚ ਮੋਟਰ ਨੂੰ ਸਟਾਰਟ ਕਰਤਾ, ਉਹ ਸਟਾਰਟ ਹੁਣ ਮੈਨੂੰ ਅੱਜ ਕਿਉਂ ਉਹ ਇਹਦਾ ਬਹਿ ਗਿਆ, ਉਹ ਸਟਾਰ ਡੈਲਟਾ ਸਟਾਰਟਰ ਸੀ, ਅਸੀਂ ਸਟਾਰਟ ਕਰਤਾ, ਮੋਟਰ ਨੇ ਪਾਣੀ ਨਹੀਂ ਚੁੱਕਿਆ। ਅੱਛਾ ਜੀ, ਉਹ ਖਰਾਬ ਵੀ ਹੋ ਜਾਂਦੀ, ਮੇਰੀ ਗੱਲ ਤੇ ਪੂਰੀ ਕਰ ਲੈਂਦੇ ਸਰ, ਟਾਈਮ ਹੈ ਨਾ ਪ੍ਰੋਗਰਾਮ ਦਾ ਖਤਮ ਹੋ ਗਿਆ ਆਪਾਂ, ਮੈਂ ਤਾਂ 1 ਮਿੰਟ ਦੇਣਾ ਤੁਸੀਂ, ਯੂ ਵਿਲ ਆਲਸੋ ਇੰਜੋਏ ਇਟ। ਨਹੀਂ 1 ਮਿੰਟ ਹੈ ਨਹੀਂ ਆਪਣੇ ਕੋਲ, ਆਪਣੇ 2-4 ਸੈਕਿੰਡ ਆ, ਨਹੀਂ 2-4 ਸੈਕਿੰਡ ਆ, ਆਪਾਂ ਕੱਲ ਕਰਾਂਗੇ, ਆਪਾਂ ਮੰਡੇ ਕਰਾਂਗੇ ਸਰ, ਲੰਬੀ ਗੱਲ ਮੰਡੇ ਕਰਾਂਗੇ। ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਔਰ ਕਾਲ ਕੱਟਣ ਵਾਸਤੇ ਮਾਫੀ ਚਾਹੁੰਦਾ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਖਤਮ ਹੋ ਗਿਆ। ਉਮੀਦ ਕਰਦੇ ਹਾਂ ਇਹਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਜੀ। ਈਮੇਲ ਕਰ ਸਕਦੇ ਹੋ jaggi@jasbroadcasting.com, ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਨਾਲ ਸਾਡਾ ਯੂਟਿਊਬ ਚੈਨਲ ਹੈਗਾ, ਫੇਸਬੁੱਕ ਦਾ ਅਕਾਊਂਟ ਹੈਗਾ ਜਿਹੜਾ, ਕਿਤੇ ਵੀ ਜਾ ਕੇ ਤੁਸੀਂ ਪੇਜ ਲਾਈਕ ਕਰਕੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਲੈ ਸਕਦੇ ਹੋ। ਜਾਂ ਫਿਰ ਵੈਸਟ ਕੋਸਟ ਦੇ ਵਿੱਚ ਕੋਈ ਪ੍ਰੋਗਰਾਮ ਕਰਾਉਣਾ ਹੈ, ਕੋਈ ਐਡ ਵਗੈਰਾ ਦੀ ਗੱਲ ਕਰਨੀ ਆ, ਜਾਂ ਕੋਈ ਜਾਣਕਾਰੀ ਲੈਣੀ ਹੈ ਜਾਂ ਜਾਣਕਾਰੀ ਦੇਣੀ ਹੈ, ਤਾਂ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਅਖੀਰ ਦੇ ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।